ਹੋਰ ਕਿਵੇਂ ਹੋ? ਠੀਕ ਆ ਯਾਰ, ਬੁਖਾਰ ਜਿਹਾ ਚੜ ਰਿਹਾ, ਜਿੱਦਾਂ ਬਿਮਾਰ ਜਿਹਾ ਹੋ ਰਿਹਾ ਸੀਗਾ ਕਿ ਤੇ ਜੀਰੀ ਜੀ ਬੜਾ ਕਹਿ ਰਿਹਾ ਸੀਗਾ। ਸਿਰ ਦੇਖੀ ਤੁੱਤਾ ਪਿਆ ਮੇਰਾ? ਹਾਂ ਲੱਗਦਾ ਹੈ ਥੋੜਾ ਥੋੜਾ ਬੁਖਾਰ। ਤੁਹਾਨੂੰ ਕਿਹਾ ਘੱਟ ਕੰਮ ਕਰ ਲਿਆ ਕਰੋ। ਉਹ ਯਾਰ ਕੀ ਕਰੀਏ, ਇੱਕ ਤਾਂ ਅੱਜ ਸੀਰੀ ਨਹੀਂ ਆਇਆ ਹੈਗਾ, ਉਹਦੇ ਕਰਕੇ ਥੱਕ ਜੇ ਰਿਹਾਗਾ। ਤੁਸੀਂ ਨਾ ਸੀਰੀ ਨੂੰ ਖਿੱਚ ਕੇ ਨਹੀਂ ਰੱਖ ਦੇਗੇ, ਉਹ ਤਾਂ ਜਦੋਂ ਜੀ ਕਰਦਾ ਤੂੰ ਛੁੱਟੀ ਮਾਰ ਕੇ ਬਹਿ ਜਾਂਦਾ। ਉਹ ਯਾਰ ਕਹਿੰਦਾ ਮੈਂ ਦਵਾਈ ਦਵਾ ਕੇ ਲਿਆਉਣਾ ਆਪਦੇ ਘਰ ਵਾਲੀ ਨੂੰ, ਨਾਲੇ ਆਇਆ ਆਈ ਨਹੀਂ ਹੈਗਾ ਯਾਰ, ਕੀ ਕਰੀਏ ਹੁਣ। ਔਖਾ ਹੀ ਹੈ ਬਸ, ਬਾਹਲਾ ਔਖਾ ਯਾਰ। ਭੈਣ ਦੇ ਖਸਮ ਪੈਸੇ ਲੈਣ ਵੇਲੇ ਤਾਂ ਆ ਜਾਂਦੇ ਨੇ, ਹੁਣ ਆਉਂਦੇ ਨਹੀਂ ਹੈਗੇ। ਰਾਤ ਨੂੰ ਕੋਈ ਗੱਲ ਕਰਨੀ ਹੁੰਦੀ ਹੈ ਦੋ ਘੜੀ ਪਿਆਰ ਦੀ ਬਹਿ ਕੇ ਤੇ ਤੁਸੀਂ ਆਪਦਾ ਸੋ ਜਾਂਦੇ ਹੋ। ਅਰੇ ਯਾਰ ਮੈਂ ਦੱਸੂੰ ਨਾਗਾ ਕੀ ਹੋ ਗਿਆ ਤੁਹਾਨੂੰ? ਉਹ ਯਾਰ ਨੀਂਦ ਹੀ ਆਈ ਜਾਂਦੀ, ਨਾਲੇ ਤਾਂ ਵਜਾ ਚੜ ਰਿਹਾ। ਗੱਲ ਤਾਂ ਸੁਣ ਲਓ। ਯਾਰ ਮੈਂ ਦੱਸੂੰ ਨਾ ਬਸ। हेलो डैडी जी, चाह ले आओ बेटे, बह जाओ बेटे। हाँ जी डैडी। मैंने बेटे एक तेरे नाल गल करनी सी। हाँ जी डैडी दसो। क्योंकि हरेक माँ बाप का चाहता है भी पोते पोती का मूँह देखे, क्योंकि मैं बेटे का न्याणे का इस करके विआह करिया भी पोते पोती नाल चौ लड़ मनावांगे ते चौ लड़ा प्यार करांगे। तो इस करके बेटे क्यों मैनू जिंदगी का कोई भरोसा नहीं, क्यों डॉक्टर ने जवाब दिता भी तेरे गुरदे फेल ने। इस करके बेटे मैं कहना भी मैं भी पोते पोती का मूँह देख ला भी चौ लाड़ मनाव। तो यही करके बेटे मैं तेन कहना सी। हाँ जी डैडी। डैडी जी ने तो कहता कि पोता पोती का मूँह देखना वा, पर मैं उन्होंने की दसा भी इन्होंने तो कम तो ही वेल नहीं गई, कभी कोई बहाना मार देंगे कभी कोई बहाना मार देंगे। मैं भी की करा, अज आन के घर मैं अज इन्हों गल करती हूँ। की करते सीगे? कुछ नहीं बस आ वीडियो जी देखता सीगा। ਸਰੀ ਡੈਡੀ ਬਸ ਆ ਕੁੜੀਆਂ ਨੂੰ ਦੇਖ ਦੇਖ ਕੇ ਝੁਰਦੇ ਰਿਹਾ ਕਰੋ, ਇੰਨੀ ਸੋਹਣੀ ਤੁਹਾਡੀ ਘਰ ਵਾਲੀ ਆ। ਘਰ ਵਾਲੀ ਨੂੰ ਵੀ ਦੇਖਦਾ, ਘਰ ਵਾਲੀ ਨੂੰ ਹੀ ਦੇਖਦਾ, ਵੀਡੀਓ ਕਿੱਥੇ ਦੇਖਦਾ ਮੈਂ? ਤੁਹਾਡਾ ਧਿਆਨ ਹੀ ਨਹੀਂ ਹੁੰਦਾ ਮੇਰੇ 'ਚ। ਮੇਰਾ ਧਿਆਨ ਤਾਂ ਤੁਹਾਡੀ 'ਚ, ਤੁਹਾਨੂੰ ਵਹਿਮ ਆ ਕੋਈ? ਮੈਂ ਨਾ ਤੁਹਾਨੂੰ ਇਹ ਕਹਿੰਦੀ ਸੀ ਵੀ ਆਪਾਂ ਬੱਚਾ ਕਰ ਲਈਏ, ਆਪਣੇ ਵਿਆਹ ਨੂੰ ਨਾ ਬਹੁਤ ਟਾਈਮ ਹੋ ਗਿਆ। ਅੱਛਾ ਕੀ ਹੋ ਗਿਆ ਤੁਹਾਨੂੰ? ਕੁਝ ਨਹੀਂ ਕੁਝ ਨਹੀਂ, ਚਲੋ ਠੀਕ ਆ। ਹੈ ਇਹਨਾਂ ਨੂੰ ਕੀ ਹੋ ਗਿਆ? ਮੈਂ ਤਾਂ ਇਹਨਾਂ ਨੂੰ ਕੋਈ ਗਲਤ ਗੱਲ ਵੀ ਨਹੀਂ ਕੀਤੀ, ਮੈਂ ਤਾਂ ਬੱਚੇ ਬਾਰੇ ਹੀ ਕਿਹਾ ਸੀ। ਓਏ ਔਰਾ, ਆ ਟੈਂਕ ਪਵਾਰੇ ਪਾਣੀ ਪੀਆ ਵਾ। ਆ ਮੇਰੇ ਸਲਦਾ ਕਿਧਰੋਂ ਮੁੱਥੇ ਲੱਗ ਗਏ ਤੇ ਪੈਸੇ ਵੀ ਦੇਣੇ ਨੇ। ਓਏ ਕਿਵੇਂ ਆ? ਓਏ ਠੀਕ ਆ, ਹੋਰ ਵਧੀਆ। ਜਿਰੀ ਜੂਰੀ ਵੱਡੀ ਦੀ ਕਿਵੇਂ? ਜਿਰੀ ਪੜਤੀ 1 ਕਿੱਲਾ ਵੱਡਾ ਯਾਰ, 1,05,000 ਦਾ ਪੈ ਗਿਆ ਛੱਬੀ ਵੱਡੀ ਦੀ। ਵਧੀਆ ਲਿਕੜਾ ਹੀ ਫਿਰ ਤਾਂ। ਆ ਤੇਰੇ ਵਾਲੀ ਵੜ ਕੀ ਸਾਰੀ ਓਏ? ਹੋਰ ਆ ਛੱਬੀ ਵੱਡੀ ਹੈਗੀ, ਮਾ ਵਿੱਚੇ ਮੁੱਛਾਂ ਵੜਦੀ ਉਧਰਲੇ ਕਿੱਲੇ। ਚੱਲ ਵਧੀਆ ਰਿਹਾ ਵਧੀਆ ਰਿਹਾ, ਆਪਣੀ ਤਾਂ ਹਲੇ ਭੈਣ ਦੇ ਕਿਹੜਾ ਮੇਰੀ ਹਰੀ ਖੜੀ ਆ। ਹਾਂ ਤਾਂ ਹਰੀ ਆ, ਤੇਰੀ ਪੀਲੀ ਆ। ਇੱਕ ਪਾਣੀ ਹੋਰ ਲੈ ਜੂ ਓਏ, ਲੇਟ ਲਾਈ ਹੋਣੀ, ਹੋਰ ਲਊਗੇ ਤਾਂ ਭਾਈ। ਉਹ ਲਾਈ ਦੀ ਲੇਟ ਲਾਈ ਦੀ ਯਾਰ, ਭਈਏ ਨਹੀਂ ਮਿਲੇ ਪਹਿਲਾਂ। ਅੱਛਾ ਤੇ ਆ ਕਹਿੰਦਾ ਤੀ ਜਿਹੜਾ ਮਤਲਬ ਗੇੜਾ ਲਾ ਕੇ ਸੀਗਾ? ਅੱਛਾ ਹਾਂ, ਭਾਈ ਸਰ ਰਹਿੰਦੇ ਨੇ ਤੇਰੇ ਕਿਹੜੀ? ਮੇਰੇ ਤਾਂ ਯਾਦ ਨਹੀਂ, ਭੈਣ ਦੇ ਖਾਸ ਮਤਲਬ ਦੇ ਦੇ ਕਿਵੇਂ ਯਾਦ ਆ। ਆਏ ਨਹੀਂ ਭੁੱਲਦਾ ਗਿਆ ਮੈਂ। ਅੱਛਾ ਹਾਂ, ਕਿੰਨੇ ਪੈਸੇ ਨੇ ਉਹਦੇ? ਲੈ ਜਿੰਨਾ ਕਿਰਾਇਆ ਚੱਲਦਾ ਯਾਰ 700। ਅੱਛਾ ਹੋਰ ਆ ਇਹ ਕਰੀ ਫਿਰ ਕੀ ਕਰਾਂ? ਘਰੋਂ ਜਾ ਕੇ? ਅੱਛਾ ਤੇਰੀ ਭਾਬੀ ਤੋਂ ਪੈਸੇ ਫੜ ਲਈ? ਓ ਯਾਰ ਮੈਂ ਘਰੇ ਕਿੱਥੇ ਜਾਊਂਗਾ ਯਾਰ, ਤੂੰ ਫੜਾ ਦੀ। ਓ ਮੈਨੂੰ ਤਾਂ ਯਾਰ ਟਾਈਮ ਨਹੀਂ ਲੱਗਦਾ, ਭੁੱਲ ਜਾਣਾ, ਮੇਰਾ ਤਾਂ ਦਿਮਾਗ ਛੂਟ ਹੋ ਗਿਆ ਹੁਣ ਭੈਣ ਦਾ ਯਾਰ ਕੰਮਾਂ ਕਾਰਾਂ 'ਚ। ਅੱਛਾ ਉਹ ਸੱਚ ਤੈਨੇ ਵਿਆਹ ਕਰਾ ਲਿਆ, ਉਦੋਂ ਬਾਅਦ ਜ਼ਿੰਮੇਵਾਰੀਆਂ ਪਈਆਂ ਤੇਰੇ ਤੇ? ਓ ਹੋਰ ਯਾਰ ਕਾਹਦਾ ਵਿਆਹ, ਬਸ ਪੁੱਛੇ ਨਾ। ਹੋਰ ਫਿਰ ਜਵਾਕ ਜੱਲਾ ਹੈਗਾ ਤੇਰੇ ਕੋਲ ਕਿ ਨਾ? ਓ ਭੈਣ ਦੇ ਖਾਹ, ਓ ਨਾ ਯਾਰ ਜਵਾਕ ਜੱਲਾ ਤਾਂ ਨਹੀਂ ਹੈਗਾ ਯਾਰ। ਗੱਲ ਸੁਣ ਮੇਰੀ, ਜਵਾਕ ਜੱਲਾ ਕਰ ਲਾ, ਉਹ ਮੇਰੇ ਨਾਲ ਹੁੰਦਾ ਸੀ, ਇੱਕ ਮੁੰਡਾ ਪੜਦਾ ਸੀਗਾ, 2-3 ਸਾਲ ਹੋ ਗਏ ਵੀ ਅਸੀਂ ਨਹੀਂ ਜਵਾਕ ਕਰਦੇ, ਕਹਿੰਦਾ ਨਜ਼ਾਰੇ ਲੈਣੇ ਦੀ ਜ਼ਿੰਦਗੀ ਦੇ। ਅੱਛਾ ਉਸ ਬਾਅਦ ਅੱਜ ਤੱਕ ਉਹਨਾਂ ਦੇ ਇੱਕ ਵੀ ਜਵਾਕ ਨਹੀਂ ਹੋਇਆ, ਰੋਂਦੇ ਨੇ ਮੇਰੇ ਸਾਲੇ। ਅੱਛਾ ਜੀ, ਹੋਰ ਕੀ ਨਾ ਯਾਰ, ਹੁਣ ਕੀ ਕਰੀਏ, ਕੀ ਸੋਚੀ ਜਾਂਦਾ, ਕੋਈ ਪਰੇਸ਼ਾਨੀ ਦੀ ਗੱਲ ਲੱਗਦੀ ਆ ਮੈਨੂੰ ਤਾਂ ਯਾਰ। ਚੱਲ ਦੇਖਦੇ ਆ ਯਾਰ, ਦੱਸ ਕੋਈ ਜੇ ਗੱਲਬਾਤ ਹੈਗੀ ਆ, ਹੁਣ ਤਾਂ 100 ਲਾਜ ਹੋ ਜਾਊਗਾ, ਠੀਕ ਆ,
ਤੈਨੂੰ ਕੀ ਦੱਸੀਏ ਹੁਣ ਚੱਲ ਦੇਖਦੇ ਆ ਯਾਰ ਜੇ ਕੋਈ ਗੱਲ ਹੈਗੀ ਆ ਤੂੰ ਦੱਸ ਦੇ ਯਾਰ ਤੇਰਾ ਭਰਾ ਮੈਂ ਕੋਈ ਡਰੀਗਾ ਤੂੰ ਜਾਨਾ ਹੁਣ ਤਾਂ ਡਾਕਟਰ ਵਧੀਆ ਆ ਰਹੇ ਨੇ ਕੋਈ ਦਵਾਈ ਬੂਟੀ ਵੀ ਲੈ ਲੇਗਾ ਠੀਕ ਆ ਬਾਅਦ ਚ ਤਾਂ ਰੋਂਦਾ ਫਿਰੇਗਾ ਮੇਰੇ ਸਾਲ ਦੇ ਤੂੰ ਅੱਛਾ ਦਵਾਈ ਬੂਟੀ ਮਿਲ ਜੂ ਓਏ ਹੁਣ ਤਾਂ 100 ਲਾ ਜਾ ਦਵਾਈ ਬੂਟੀ ਦਾ ਮਿਲ ਜੂ ਤੈਨੂੰ ਵਧੀਆ ਅੱਛਾ ਹਾਂ ਉਹ ਫਿਰ ਮੈਨੂੰ ਆਪਾਂ ਐ ਕਰੀ ਗਾਣਾ ਗੱਲ ਕਰੀ ਗੰਜਰ ਦੇ ਕਿਸੇ ਨੂੰ ਦੱਸ ਯਾਰ ਮੇਰੇ ਲਵੇ ਡਾਕਟਰ ਨਾਲ ਬਹੁਤ ਬਣਦੀ ਆ ਮੇਰੀ ਫਿਰ ਆਪਾਂ ਨੂੰ ਮੰਗਾ ਦੀ ਹੈ ਤੂੰ ਦਵਾਈ ਦਵਾਰੀ ਆਪਾਂ ਨੂੰ ਅੱਛਾ ਮੈਨੂੰ ਲੱਗਦਾ ਮੇਰੇ ਸਾਲ ਦਾ ਛੋਟੇ ਹੁੰਦੇ ਤੂੰ ਗਲਤੀ ਕਰਦਾ ਰਿਹਾ ਓ ਹੋ ਰਾ ਤੈਨੂੰ ਤਾਂ ਪਤਾ ਗਾਣਾ ਗੱਲ ਕਰਦੀ ਪਿੰਡ ਚ ਭੈਣ ਦੇ ਖਸਮ ਭੌਂਕਾ ਤੂੰ ਉਹ ਨਹੀਂ ਕਰਦਾ ਯਾਰ ਮੇਰੇ ਲਵੇ ਡਾਕਟਰ ਦਾ ਨੰਬਰ ਹੈਗਾ ਠੀਕ ਆ ਆਪਾਂ ਮੈਂ ਗੱਲ ਕਰੂੰਗਾ ਆਪ ਠੀਕ ਆ ਤੈਨੂੰ ਦਵਾਈ ਦੂਈ ਚਾਰ ਦਾਂਗੇ ਵਧੀਆ ਠੀਕ ਆ ਦੇ ਦਾਂਗੇ ਅੱਛਾ ਚਾਰ ਨਹੀਂ ਸਾਲਾ ਲੈਣੀ ਆਪਾਂ ਨੇ ਦਵਾਈ ਦੇਣੀ ਆ ਦਵਾਈ ਦੇ ਦੂੰਗਾ ਤੈਨੂੰ ਲਿਆ ਕੇ ਠੀਕ ਆ ਉਹ ਡੰਗਰ ਪਸ਼ੂ ਵਾਲੇ ਰੱਖ ਰਕੇ ਨੇ ਆਪਾਂ ਨੇ ਉਹ ਚਾਰ ਚਾਰ ਕਦੇ ਆ ਚਾਰ ਮੇਰੇ ਸਾਰੇ ਆ ਮੂਦੇ ਗੱਲੀ ਚੜਦੀਆਂ ਰਹਿੰਦੀਆਂ ਨੇ ਠੀਕ ਆ ਹਾਂ ਜੀਰੀ ਜੀ ਤਾਂ ਦੇਖਿਓ ਪੜ ਗਈ ਥੋੜੀ ਜਿਹੀ ਰਹਿ ਗਈ ਨਾ ਛੋਟੀ ਜਿਹੀ ਹਾਂ ਥੋੜੀ ਜਿਹੀ ਰਹਿ ਗਈ ਮੈਂ ਤਾਂ ਯਾਰ ਪਾਣੀ ਪੀਣ ਆਇਆ ਜੀ ਇਧਰ ਆ ਮੋਟਰ ਤੇ ਆਪਣੇ ਨਾਲ ਕਮੇਜ਼ ਦੇ ਅੱਛਾ ਹੋਰ ਚਲਾਈ ਵੀ ਮੋਟਰ ਮੋਟਰ ਚਲਾਈ ਦੀ ਇਕੱਲੇ ਚਲਾਈ ਦੀ ਵੀ ਅੱਛਾ ਆ ਜੀਰੀ ਨੂੰ ਪਾਣੀ ਦੇਖਣੀ ਵੀ ਇੱਕ ਦੇ ਦੀ ਹੋਰ ਯਾਰ ਉਹ ਦੇ ਦੇ ਇਹਨੂੰ ਪਾਣੀ ਚਲ ਠੀਕ ਆ ਮਾੜਾ ਮਾੜਾ ਖਾ ਪੀ ਲਿਆ ਕਰ ਕੋਸ ਨਾਲ ਚੰਗਾ ਆਪਾਂ ਇਹ ਤੇਰੀ ਭਾਬੀ ਤੋਂ ਫੜ ਕੇ ਲੈ ਜੇ ਚੰਗਾ ਮੇਰੇ ਸਾਲੇ ਨੂੰ ਕਿੱਥੋਂ ਪਤਾ ਲੱਗ ਗਿਆ ਕੋਈ ਨਾ ਇਹਨਾਂ ਦਾ ਦਵਾਈ ਮੈਂ ਲਿਆ ਕੇ ਦੂੰਗਾ ਮੇਰੇ ਸਾਲੇ ਨੂੰ ਹਾਂ ਸ਼ਿੰਦਰ ਨੇ ਤਾਂ ਚੱਲ ਵਧੀਆ ਪੈਸੇ ਦਿੱਤੇ ਆਹ ਗਗਨ ਗਗਨ ਤੋਂ ਵੀ ਲੈ ਚੱਲਦੇ ਹਨ ਪੈਸੇ ਦਾ ਵੀ ਗਿੜਾਇਆ ਲਾਇਆ ਸੀਗਾ ਚੱਲ ਦੇਖ ਲੈਣ ਜੇ ਘਰੇ ਹੋਊਗਾ ਇਹਦੇ ਕੁੱਤਾ ਕੱਤਾ ਵੀ ਨਾ ਰੱਖ ਰੱਖ ਮੇਰੇ ਸਾਲੇ ਨੇ ਇਹਦੇ ਘਰਵਾਲੀ ਦੇਖਦੇ ਹਾਂ ਉਹ ਤਾਂ ਬੜੀ ਤਾਂ ਸੋਹਣੀ ਹੈ ਭੈਣ ਦੇ ਯਾਰ ਦੀ ਮੈਂ ਕਹਿੰਦਾ ਆਹ ਤੁਹਾਡੀ ਉਹ ਚਲਾ ਰਹੀ ਆ ਮੋਬਾਈਲ ਓਏ ਬੜੀ ਸੋਹਣੀ ਬਾਈ ਕੁੜੀ ਆ ਹੈ ਨਾ ਮੇਰੇ ਸਾਲੇ ਨੂੰ ਇੰਨੀ ਸੋਹਣੀ ਕਿੱਥੋਂ ਮਿਲ ਗਈ ਚੱਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਮੈਂ ਤਾਂ ਪਿੰਡ ਚ ਸੀਗਾ ਰਿਹਾ ਅੱਛਾ ਦੱਸੋ ਹਾਂ ਮੈਂ ਨਾ ਪੈਸੇ ਲੈਣ ਆਇਆ ਸੀ ਉਹਨੇ ਗਾ ਕਹਿੰਦਾ ਗੇੜਾ ਲਾਇਆ ਛੋਟਾ ਜੀਰੀ ਦਾ ਹਾਂਜੀ ਪੈਸੇ ਲੈਣ ਆਇਆ ਸੀਗਾ ਅੱਛਾ ਕਿਤੇ 700 ਰੁਪਏ ਤਾਂ ਨਹੀਂ ਸੀ ਹਾਂ ਹਾਂ ਤੁਹਾਨੂੰ ਫੜਾ ਕੇ ਗਿਆ ਹਨਾ ਹਾਂਜੀ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਹਾਂ ਹਾਂ ਅੱਛਾ ਲਵੀ ਰੱਖ ਰਕੇ ਨੇ ਪੈਸੇ ਹਾਂਜੀ ਉਹ ਨਾ ਹੁਣੇ ਆਏ ਸੀਗੇ ਘਰੇ ਤੇ ਫੜਾ ਕੇ ਫਿਰ ਮੈਨੂੰ ਚੱਲ ਗਏ ਸੀਗੇ ਉਹਨਾਂ ਨੂੰ ਕੋਈ ਕੰਮ ਸੀਗਾ ਅੱਛਾ ਵੈਸੇ ਤੁਸੀਂ ਕਿਹੜੇ ਪਿੰਡ ਦੇ ਹੋ ਮੈਂ ਪਟਿਆਲੇ ਲੱਭੇ ਦੀ ਆ ਅੱਛਾ ਬੜੇ ਸੋਹਣੇ ਹੋਗੇ ਹੈ ਅੱਛਾ ਹੋਰ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਅੱਜ ਉਹਨੇ ਤਾਂ ਸਾਲੇ ਨੇ ਮੈਨੂੰ ਵਿਆਹ 'ਚ ਵੀ ਨਹੀਂ ਬੁਲਾਇਆ ਹੈਗਾ ਅੱਛਾ ਹੋਰ ਚਾਹ ਪਾਣੀ ਦਵਾ ਚਾਹ ਪਾਣੀ ਦਾ ਕੋਈ ਗੱਲ ਨਹੀਂ ਹੈਗੀ ਜੀ ਮੈਂ ਤਾਂ ਪੈਸੇ ਹੀ ਲੈਣਾ ਸੀਗਾ ਅੱਛਾ ਹੋਰ ਮੈਂ ਚੱਲ ਪੈਸੇ ਇਕੱਠੇ ਕਰਦਾ ਫਿਰਦਾ ਸੀਗਾ ਹਾਂਜੀ ਹਾਂਜੀ ਹੋਰ ਤੁਹਾਡੀ ਕਣਕ ਵੀ ਭਿੱਜ ਕੇ ਗਿਆ ਸੀ ਮੈਂ ਤਾਂ ਸੁਪਰ ਸੀਡ ਨਾਲ ਅੱਛਾ ਮੈਨੂੰ ਨਹੀਂ ਪਤਾ ਪਿਛਲੀ ਵਾਰ ਦੇ ਪੈਸੇ ਲੱਕ ਪਏ ਨੇ ਉਹਦੇ ਅੱਛਾ ਹੋਰ ਤੁਹਾਡਾ ਘਰ ਕਿਹੜੀ ਸਾਈਡ ਆ ਸਾਡਾ ਘਰ ਤਾਂ ਉਹ ਨਾਲ ਲੱਗਵੇਂ ਪਿੰਡ 'ਚ ਰਹਿੰਦਾ 2 ਕਿਲੋਮੀਟਰ ਦੂਰ ਜੀ ਹਾਂ ਹਾਂ ਖੇਤਾਂ 'ਚ ਘਰ ਆ ਸਾਡਾ ਵੀ ਤੇ ਵੈਸੇ ਕੋਈ ਜਵਾਕ ਜਿਹਾ ਨਹੀਂ ਗਿਆ ਤੁਹਾਡੇ ਘਰੇ ਨਹੀਂ ਹਜੇ ਤਾਂ ਨਹੀਂ ਅੱਛਾ ਕੀ ਗੱਲ ਹੈ ਕੋਈ ਖੈਰ ਸੁਖਤ ਹੈਗੀ ਆ ਨਹੀਂ ਠੀਕ ਆ ਸਭ ਕੁਝ ਵਧੀਆ ਬਸ ਵੈਸੇ ਇੱਕ ਗੱਲ ਜੀ ਕਹਿਣੀ ਸੀ ਤੁਹਾਨੂੰ ਹਾਂਜੀ ਦੱਸੋ ਤੁਹਾਨੂੰ ਪਤਾ ਹੈ ਗੱਲ ਦਾ ਕਿਹੜੀ ਗੱਲ ਜਿਹੜੀ ਗੱਲ ਹੈਗੀ ਆ ਨਹੀਂ ਕਿਹੜੀ ਗੱਲ ਦੇਖ ਗੱਲ ਸੀਗੀ ਐਵੇਂ ਜੀ ਜੇ ਤੁਸੀਂ ਅੱਗੇ ਨਾ ਕਰੋ ਹਾਂਜੀ ਮੈਨੂੰ ਨਾ ਗਾਗਨ ਮਿਲਿਆ ਇੱਕ ਦਿਨ ਅੱਛਾ ਤੇ ਉਹ ਮੈਨੂੰ ਲੱਗ ਗਿਆ ਕਰਨ ਕਹਿੰਦਾ ਮੈਂ ਜਵਾਕ ਜਲਿਆਂ ਦੀ ਗੱਲ ਛੇੜ ਗਈ ਉਦੋਂ ਹਾਂਜੀ ਹਾਂਜੀ ਕਹਿੰਦਾ ਯਾਰ ਉਹਨਾਂ ਕਰੇ ਡੈਡੀ ਜੀ ਬੜੀ ਫਿਕਰ ਕਰਦੇ ਆ ਤਾਂ ਹੀ ਮੈਂ ਗੱਲ ਦੱਸ ਰਿਹਾ ਤੁਹਾਨੂੰ ਵੀ ਉਹ ਕਹਿੰਦਾ ਜਵਾਕਾਂ ਜਲਿਆਂ ਦੀ ਗੱਲ ਕਰੀ ਤੀ ਮੈਂ ਹੁਣ ਤਾਂ ਜਵਾਕ ਜਲੇ ਕਰ ਲਾ ਹਾਂਜੀ ਹਾਂਜੀ ਤੇ ਮਤਲਬ ਵਿਆਹ ਕਿੰਨਾ ਟਾਈਮ ਹੋ ਗਿਆ ਤੇ ਯਾਰ ਕਹਿੰਦਾ ਵੀ ਮੈਂ ਹੁਣ ਕਹਿੰਦਾ ਯਾਰ ਵੀ ਛੋਟੇ ਹੁੰਦੇ ਗਲਤੀਆਂ ਕਰਦਾ ਰਿਹਾ ਚਲੋ ਤੁਸੀਂ ਡਰੋ ਨਾ ਜਵਾਕ ਜਲਾ ਤਾਂ ਹੋ ਜਾਊਗਾ ਤੁਹਾਡੇ ਠੀਕ ਆ ਤੇ ਵਧੀਆ ਦਵਾਈ ਦਵੂਈ ਲਿਆ ਕੇ ਦੇਵਾਂਗੇ ਮੇਰੇ ਜਾਣ ਪਛਾਣ ਦੇ ਡਾਕਟਰ ਨੇ ਠੀਕ ਆ ਤੇ ਮੈਂ ਤਾਂ ਹੀ ਕਹਿੰਦਾ ਸੀਗਾ ਚਲੋ ਰੱਬ ਰੱਖੇ ਵੀ ਜਵਾਕ ਚੱਲਾ ਹੋ ਜੇ ਤੁਹਾਡੇ ਹਨਾ ਜੇ ਨਹੀਂ ਹੁੰਦਾ ਕੋਈ ਚੱਕਰ ਨਹੀਂ ਫਿਰ ਟੈਨਸ਼ਨ ਨਾ ਲਿਓ ਤੁਸੀਂ ਨਹੀਂ ਮੈਂ ਅੱਜ ਆਉਣਗੇ ਨਾ ਮੇਰੇ ਨਾਲ ਗੱਲ ਕਰਦੀ ਕੋਈ ਨਾ ਜੀ ਜੇ ਪੈਸੇ ਪੂਸਿਆਂ ਦੀ ਲੋੜ ਆ ਪੈਸੇ ਰੱਖ ਲਓ ਨਹੀਂ 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 ਕੋਈ ਨਾ ਤੁਸੀਂ ਲੈ ਜਾਓ ਵੈਸੇ ਸੋਹਣੇ ਬੜੇ ਹੋ ਜੀ ਤੁਸੀਂ ਠੀਕ ਹੈ ਜੀ ਮੇਰੇ ਨਾ ਦਿਲਜੀ ਨੂੰ ਲੱਗੇ ਤੁਸੀਂ ਵੀ ਬਹੁਤ ਸੋਹਣੇ ਹੋ ਅੱਛਾ ਜੀ ਹਾਂਜੀ ਚਲ ਕੋਈ ਨਾ ਜੀ ਚਲ ਮੈਂ ਚੱਲਦਾ ਫਿਰ ਹਨਾ ਹਾਂਜੀ ਠੀਕ ਹੈ ਹੁਣ ਤਾਂ ਗੇੜਾ ਵੱਜਦੀ ਰਿਹਾ ਕਰੂਗਾ ਹਾਂਜੀ ਹਾਂਜੀ ਜੀ ਨਾਲੇ ਗੱਲਾਂ ਕਹਿੰਦਾ ਸੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਗਿਆ ਨਾ ਅੱਜ ਹਾਂਜੀ ਇਹ ਤੁਸੀਂ ਗਗਨ ਲਵੇ ਨਾ ਕਰਿਓ ਚੰਗਾ ਠੀਕ ਹੈ ਗਗਨ ਦਵਾਈ ਖਾ ਰਿਹਾ ਹੈਗਾ ਹਲੇ ਅੱਛਾ ਉਹਨੂੰ ਟਾਈਮ ਲੱਗ ਸਕਦਾ ਹਾਂਜੀ ਠੀਕ ਆ ਤੇ ਫਿਰ ਉਹ ਨਾ ਚੋਰੀ ਖਾਂਦੇ ਹੋਣਗੇ ਮੈਂ ਕਿਉਂਕਿ ਮੇਰੇ ਸਾਹਮਣੇ ਤਾਂ ਨਹੀਂ ਕਦੀ ਉਹਨਾਂ ਨੇ ਮੈਂ ਹੀ ਦਵਾਈ ਲੈ ਕੇ ਦਿੱਤੀ ਉਹਨੂੰ ਡਾਕਟਰ ਤੋਂ ਅੱਛਾ ਹਾਂ
ਤੇ ਮੈਂ ਤਾਂ ਹੀ ਕਹਿਣਾ ਵੀ ਜੇ ਇਲਾਜ ਨਾ ਹੋਈ ਹਨਾ ਔਖੀ ਹੈਗਾ ਚੱਲ ਤੂੰ ਫਿਕਰ ਨਾ ਕਰੇ ਤੁਸੀਂ ਹਨਾ ਕੋਈ ਨਾ ਫਿਰ ਆਪਣੇ ਚ ਕੀ ਵੰਡਿਆ ਹਨਾ ਹਾਂ ਕਰ ਲਾ ਇੱਕ ਹੋਈ ਨਾ ਹੁਣ ਤਾਂ ਗੱਡੀ ਵੱਜਦਾ ਰਿਹਾ ਕਰੂਗਾ ਹਾਂਜੀ ਠੀਕ ਹੈ ਜੀ पैसे लैना गेड़ा ही लाती जीरी का पीड़ी जी कदों कढोगे बस पुत हल तो हरी है जो मतलब आ गए तेन दसा गेड़ा फिर लवावे तेतो हाँ हाँ गेड़ा गुड़ा ला जू मैं चल कोई ना ऐसी अच्छा, पैसा की लोड़ थी मेनू अच्छा अच्छा पैसे मिल गए हाँ पैसे मिल गए अच्छा अच्छा हाँ ते होर सेहत ठीक ने तेरिया बस तेन पता ही है बेटा माड़ी हुई और चल चलो जो लिखे भाई उही बनना है मैं जवाक चलिया जवाक चलिया छेड़े छेड़ना पुत बथेरा कह जवाखा न ਵੀ ਭਾਈ ਪੋਤੇ ਪੋਤੀ ਨੇ ਮੂੰਹ ਦਿਖਾ ਦੋ ਸਹੁਰੇ ਮੰਨਦੀ ਨੀ ਅੱਛਾ ਹੋਰ ਕੀ ਕਹਿੰਦੇ ਨੇ ਬਸ ਕੀ ਦੱਸੀਏ ਹੁਣ ਕੁਛ ਨੀ ਕਹਿੰਦੇ ਕਿਹਾ ਬਥੇਰੀ ਗੇ ਭਾਈ ਪੋਤੇ ਪੋਤੀ ਦਾ ਮੂੰਹ ਦਿਖਾ ਦੋ ਸਹੁਰਿਆਂ ਪਤਾ ਨੀ ਕੀ ਚਿੱਤ ਚ ਇਹਨਾਂ ਦੇ ਮੈਂ ਵੀ ਕਿਹਾ ਸੀਗਾ ਕਿਨੂੰ ਮੈਂ ਬਹੁਤ ਟਾਈਮ ਹੋ ਗਿਆ ਵਿਆਹ ਨੂੰ ਸਹੁਰਿਆਂ ਜਵਾਕ ਜਵੂਕ ਦਾ ਮੂੰਹ ਦਿਖਾ ਲਾਂਦੇ ਮਹਾਂ ਤੁਹਾਡੇ ਬੁੜੇ ਨੂੰ ਚੱਲ ਤੂੰ ਸਮਝਾ ਦੇ ਪੁੱਤੇ ਚੱਲ ਤੂੰ ਬਰਾਬਰ ਦੇ ਤੇਰੇ ਹਾਂ ਨਹੀਂ ਵੇ ਤਾਂ ਇਹ ਕੀ ਦੱਸਾਂ ਬਸ ਤੈਨੂੰ ਛੋਟੇ ਹੁੰਦੇ ਤਾਂ ਜਵਾਕਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਉਹ ਹੋਰ ਪੁੱਤ ਕੀ ਕਰੀਏ ਤੂੰ ਤਾਂ ਆਪੇ ਦਾਰੂ ਪੀਂਦਾ ਰਿਹਾ ਉਹਨਾਂ ਨੂੰ ਦੱਸ ਕੀ ਕਹਿਣਾ ਸੀ ਤੈਨੇ ਉਹ ਚੱਲ ਬਈ ਹੁਣ ਕੀ ਕਰੀਏ ਚੱਲ ਤੂੰ ਸਮਝਾ ਦੇ ਤੂੰ ਸਿਆਣਾ ਹੈ ਤੇਰਾ ਹਾਂ ਨਹੀਂ ਹੈ ਮੈਂ ਤਾਂ ਜਿੰਨਾ ਕੁ ਹੋਇਆ ਉਹਨਾਂ ਜੋਗਾ ਕਰੂੰਗਾ ਦੇਖ ਹਾਂ ਠੀਕ ਹੈ ਠੀਕ ਆ ਦਿਖਾ ਦਾਂਗੇ ਤੈਨੂੰ ਜਵਾਕ ਕਿਉਂ ਮੈਂ ਹੁਣ ਬਈ ਕਹਿੰਦਾ ਸੋਹਣਾ ਨਹੀਂ ਲੱਗਦਾ ਬਜ਼ੁਰਗਾਂ ਪਹਿਲਾਂ ਕਹਿੰਦੇ ਬੁੜਾ ਕੀ ਕਹਿੰਦਾ ਕੀ ਨਾ ਕਹਿੰਦਾ ਉਹ ਤਾਂ ਤਾਇਆ ਤੇਰੀ ਮੈਂ ਸਮਝਦਾਂਗਾ ਉਹ ਤਾਇਆ ਤੈਨੂੰ ਕੀ ਦੱਸਾਂ ਮੈਂ ਹੁਣ ਤਾਂ ਪਾਣੀ ਪੋਲਾਂ ਦੇ ਉੱਪਰ ਡੱਪ ਗਿਆ ਨਾ ਕੀ ਕਹਿੰਦੇ ਪੁੱਤ ਮੈਨੂੰ ਕੋਈ ਸਮਝ ਨਹੀਂ ਆਈ ਉਹ ਬਸ ਹੁਣ ਕੀ ਦੱਸਾਂ ਤੈਨੂੰ ਜਿਹੜੀ ਉਹ ਹੈਗੀ ਸੀ ਗੱਲ ਜੀ ਮੈਂ ਚੱਲ ਕਰਦੇ ਚੰਗੇ ਜੇ ਨਹੀਂ ਲੱਗਦੇਗੇ ਚੱਲ ਕੋਈ ਨਾ ਦੇਖ ਲੇਗਾ ਜਵਾਖਾਂ ਦਾ ਮੂੰਹ ਛੇਤੀ ਠੀਕ ਹੈ ਪੁੱਤ ਹੋਰ ਤੂੰ ਸਮਝਾਈ ਪੁੱਤ ਉਹਨਾਂ ਨੂੰ ਜਵਾਖਾਂ ਨੂੰ ਉਹ ਮੈਂ ਤਾਂ ਸਮਝਾਇਆ ਦਿੱਤਾ ਕੋਈ ਨਾ ਹਾਂ ਚੱਲ ਠੀਕ ਆ ਫਿਰ ਠੀਕ ਹੈ ਬੇਟਾ ਸਮਝਾਈ ਫਿਰ ਤੂੰ ਉਹਨਾਂ ਨੂੰ ਉਹ ਮੈਂ ਵੀ ਉਹ 69 ਕੇ ਆ ਬੀਜ ਕੇ ਆਉਣੇ ਤੇ 2 ਕਿੱਲੇ ਸੁਪਰ ਸੀਡਰ ਲਿਆ ਹੋਇਆ ਆਪਾਂ ਨੇ ਅੱਛਾ ਅੱਛਾ ਹਾਂ ਚੱਲ ਫਿਰ ਆਪਣੀ ਜਦੋਂ ਜੀਰੀ ਵੜ ਕੇ ਗੇੜੇ ਗੂੜੇ ਲਾ ਕੇ ਫਿਰ ਆਪਣੀ ਵੀ ਬੀਜਦੀ ਮਤਲਬ ਸ਼ੇਰ ਬਣ ਕੇ ਕੋਈ ਨਾ ਜੀ ਹੁਣ ਤਾਂ ਮੈਂ ਆਉਂਦੀ ਰਹੂੰਗਾ ਕਰੇ ਗੇੜਾ ਵੱਜਦੀ ਰਹੂੰਗਾ ਆਪਣਾ ਠੀਕ ਹੈ ਬੇਟੇ ਤੇਰਾ ਘਰ ਦਾ ਦਿਨ ਆ ਰਾਤ ਆ ਹਾਂ ਤੁਸੀਂ ਟੈਨਸ਼ਨ ਨਾ ਲਓ ਜੀ ਚੱਲ ਠੀਕ ਆ ਤਾਇਆ ਫਿਰ ਠੀਕ ਹੈ ਮਤਲਬ ਇਹ ਕੀ ਬਜਾਰਤ ਜੀ ਪਾ ਗਿਆ ਸਮਝ ਤੇ ਬਾਹਰ ਹੈ ਕਮਾਲ ਦੀ ਗੱਲ ਹੈ ਛੇਤੀ ਹੋ ਜੂ ਭਾਂਡੇ ਮਾਂਜ ਰਹੀ ਆ ਆ ਗਏ ਆ ਗਈ ਜੀ ਮਾਂਜਤੇ ਭਾਂਡੇ ਹੋਰ ਖੇਤੋਂ ਆਇਆ ਸੀਗਾ ਜੀਰੀ ਬੜਾ ਕੇ ਅੱਛਾ ਉਹ ਨਾ ਤੁਹਾਡਾ ਦੋਸਤ ਆਇਆ ਸੀਗਾ ਅੱਛਾ ਪੈਸੇ ਲੈਣ ਆਇਆ ਹੁੰਦਾ ਹਾਂ 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 ਉਹ ਪੈਸੇ ਲੈਣ ਆਇਆ ਸੀਗਾ ਤੇ ਮੈਨੂੰ ਦੇਤੇ ਸੀਗੇ ਅੱਛਾ ਕਿੰਨੇ ਪੈਸੇ ਦੇਤੇ 700 ਰੁਪਿਆ ਦੇ ਕੇ ਗਈ ਸੀ ਤੁਸੀਂ 700 ਦਾ 700 ਹੀ ਦਿੱਤਾ ਠੀਕ ਆ ਮੜੇ ਮੋਟੇ ਘੱਟ ਦੇ ਦਾਂਦੀ ਲੈ ਹੁਣ ਅਗਲੇ ਦੇ ਦੇਣੇ ਸੀਗੇ ਤੇ ਉਹਨੂੰ ਘੱਟ ਕੇ ਦੇ ਕੋਈ ਨਾ ਕੁਛ ਨਹੀਂ ਹੁੰਦਾ ਹੋਰ ਤਾਂ ਨਹੀਂ ਉਹਨੇ ਕੋਈ ਮੇਰੇ ਬਾਰੇ ਗੱਲ ਛੇੜੀ ਨਹੀਂ ਨਹੀਂ ਹੋਰ ਤਾਂ ਕੋਈ ਗੱਲ ਨਹੀਂ ਛੇੜੀ ਵੈਸੇ ਇੱਕ ਗੱਲ ਪੁੱਛਾਂ ਮੈਂ ਤੁਹਾਡੇ ਤੋਂ ਹਾਂਜੀ ਆ ਪੁੱਛੋ ਜ਼ਰੂਰ ਪੁੱਛੋ ਤੁਸੀਂ ਕੋਈ ਦਵਾਈ ਦਵਾਈ ਖਾਂਦੇ ਹੋ ਨਾ ਮੈਂ ਤਾਂ ਨਹੀਂ ਕੋਈ ਦਵਾਈ ਖਾਂਦਾ ਮੈਨੂੰ ਨਾ ਲੱਗਦਾ ਵਾ ਉਹ ਤਾਂ ਆਪਣਾ ਬਾਪੂ ਖਾਂਦਾ ਦਵਾਈ ਕਾਦੀ ਦਵਾਈ ਖਾਂਦੇ ਆ ਬਾਪੂ ਉਹਦੇ ਗੁਰਦੇ 'ਚ ਹੋਇਆ ਪਥਰੀ ਆ ਉਹਨੂੰ ਲਿਆ ਕੇ ਦਿੱਤੀ ਦੀਗੀ ਅੱਛਾ ਮੈਂ ਤਾਂ ਅੱਗੇ ਕਿਤੇ ਤੁਸੀਂ ਖਾਣੇ ਹੋ ਨਾ ਨਾ ਆਪਣੇ ਕਾਦੀ ਖਾਣੀ ਹੈ ਦਵਾਈ ਉਹ ਤਾਂ ਪਥਰੀ ਆ ਉਹਦੇ ਕਰਕੇ दारू ਪੀਂਦਾ ਦੀ ਪਹਿਲਾਂ ਠੀਕ ਆ ਹਾਂ ਉਹਦੇ ਕਰਕੇ ਲਿਆਂਦੀ ਸੀ ਚਾਹ ਬਣਾ ਕੇ ਦਵਾਂ ਤੁਹਾਨੂੰ ਚਲ ਘੁੱਟ ਕਰ ਲਿਆ ਚਲੋ ਠੀਕ ਆ ਤੁਸੀਂ ਬਹਿ ਜਾਓ ਅੰਦਰ ਫਿਰ ਮੈਂ ਬਣਾਉਣੀ ਆ ਚਲ ਠੀਕ ਆ ਬਣਾ ਲੈਂ ਅੱਲੋ ਚਾਹ ਨਾ ਪੁੱਤ ਬਸ ਚੜ੍ਹਦੀ ਗੱਲ ਹੈ ਪਾਣੀ ਨਾ ਨਾ ਬਸ ਕੁਝ ਨਹੀਂ ਚਾਹੀਦਾ ਪੁੱਤ ਹੋਰ ਬਾਪੂ ਠੀਕ ਆ ਹਾਂ ਠੀਕ ਹੈ ਪੁੱਤ ਹੋਰ ਤੂੰ ਦੱਸ ਵਧੀਆ ਵਧੀਆ ਕਿਵੇਂ
ਕਿੰਨਾ ਪੁੱਤ ਆਪਣੇ ਕਿਵੇਂ ਆਏ ਤੇ ਮੁੰਡਾ ਗੇੜੇ ਗੂੜੇ ਵਾਲਾ ਉਹਦਾ ਪੈਸੇ ਜਿ ਲੈਣ ਆਏ ਤੀ ਆਪਣੇ ਉਹ 700 ਰੁਪਏ ਦੇਣਾ ਤੀ ਯਾਰ ਰਾਹ ਚ ਮਿਲ ਗਿਆ ਉਸਦੇ ਅੱਛਾ ਅੱਛਾ ਉਹਨਾਂ ਪੈਸੇ ਦੇ ਮਾਂ ਤੂੰ ਐ ਕਰੀ ਤੇਰੀ ਭਾਪੀ ਤੋਂ ਫੜ ਲਈ ਕਰੇ ਜਾ ਕੇ ਉਹ ਕਰੇ ਪੈਸੇ ਲੈਣ ਆਇਆ ਹੋਊਗਾ ਉਹ ਤੈਨੂੰ ਪਤਾ ਨਹੀਂ ਪੁੱਤ ਉਹ ਤਾਂ ਜੇਲੇ ਕੇ ਇੱਕ ਮੁੰਡਾ ਹੋਰ ਹੋ ਗਿਆ ਅੱਛਾ ਬਾਪੂ ਹੋਰ ਮੈਨੂੰ ਕੱਲ ਲੱਡੂ ਖਵਾ ਕੇ ਗਏ ਤੇ ਅੱਛਾ ਉਹਨਾਂ ਨੇ ਲੱਡੂ ਖਵਾਏ ਨਹੀਂ ਤੈਨੂੰ ਹੋਰ ਮੇਰਾ ਵੀ ਜੀ ਕਰਦਾ ਵੀ ਆਪਾਂ ਲੱਡੂ ਵੰਡੀਏ ਪਿੰਡ ਦੇ ਵਿੱਚ ਉਹ ਕੋਈ ਨਾ ਬਾਪੂ ਆਪਾਂ ਵੀ ਪੁੱਤੇ ਨੂੰ ਮੁੰਡੇ ਤੇ ਖੜਾਵਾਂ ਮੁੰਡੇ ਦੇ ਬਿਠਾ ਕੇ ਲੈ ਕੇ ਜਾਵਾਂ ਉਹ ਵੰਡ ਦਾਂਗੇ ਬਾਪੂ ਹੋਰ ਆਪਾਂ ਵੀ ਵਧੀਆ ਪ੍ਰੋਗਰਾਮ ਕਰੀਏ ਅੱਛਾ ਹੋਰ ਕੋਈ ਨਾ ਕਰ ਦਾਂਗੇ ਆਪਾਂ ਵੀ ਪ੍ਰੋਗਰਾਮ ਇਹ ਕੀ ਪਤਾ ਪੁੱਤ ਕੀ ਭਰੋਸਾ ਹੁੰਦਾ ਕਿਸੇ ਜ਼ਿੰਦਗੀ ਦਾ ਉਹ ਯਾਰ ਪਹਿਲਾਂ ਤਾਂ ਮੈਨੂੰ ਲੋਕ ਕਹੀ ਜਾਂਦੇ ਨੇ ਹੁਣ ਤੂੰ ਨਹੀਂ ਕੱਢਨੋਂ ਹਟਦਾ ਸੁੱਟਦਾ ਯਾਰ ਆਹੀ ਕੁਛ ਨੂੰ ਭੈਣ ਕਢਾਓ ਸੁੱਟਦਾ ਆਹੀ ਕੰਮ ਚੱਲੂ ਯਾਰ ਲੈ ਆ ਦੇ ਭਾਂਡੇ ਭੰਨੀ ਨੇ ਸਮਝਾ ਲੈ ਕੀ ਸਮਝਾਉਣਾ ਸੈਣਾ ਬੰਦਾ ਦੱਸ ਕੀ ਕਰੂਗਾ ਕੀ ਨਾ ਕਰੂਗਾ ਕੀ ਸਮਝਾਊਗਾ ਕੀ ਹੋ ਗਿਆ ਬਾਪੂ ਜੀ ਬਸ ਪਤਾ ਨਹੀਂ ਪੁੱਤ ਮੈਂ ਤਾਂ ਬਸ ਆ ਮਾੜਾ ਜਿਹਾ ਗੱਲ ਕਹੀ ਤੀ ਵੀ ਭਾਈ ਫਲਾਣੇ ਦਾ ਮੁੰਡਾ ਜੇਲੇ ਕੇ ਮੁੰਡਾ ਹੋਇਆ ਤੀ ਵੀ ਪੋਤੇ ਪੋਤੀਆਂ ਹੋਣੇ ਲੱਡੂ ਵੰਡੇ ਨੇ ਆਹ ਗੱਲ ਕਹੀ ਹੈ ਤਾਂ ਵੀ ਮੇਰਾ ਵੀ ਜੀ ਕਰਦਾ ਪੋਤੇ ਪੋਤੀਆਂ ਨੂੰ ਖੜਾਉਣ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਲੈ ਸਾਹਿਬ ਗਲਾਸ ਭਾਂਡੇ ਭੰਨ ਕੇ ਤੁਰ ਪਿਆ ਤਸ ਕੀ ਕਰੂਗਾ ਸਿਆਣਾ ਬੰਦਾ ਬਾਪੂ ਜੀ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਆਪ ਬਹੁਤ ਵਾਰੀ ਸਮਝਾ ਸਮਝਾ ਕੇ ਥੱਕ ਗਈ ਮੈਂ ਵੀ ਇਕੱਲੀ ਕੀ ਕਰਾਂ ਹੋਰ ਬੇਟੇ ਕੀ ਕਰ ਰਿਹਾ ਤੂੰ ਸਮਝਾ ਲੈ ਉਹਨੂੰ ਜੇ ਕੋਈ ਮਾੜਾ ਮੋਟਾ ਕਰੂਗਾ ਉਹ ਤਾਂ ਅਗਲਾ ਮੈਂ ਤਾਂ ਘਬਰਾ ਕੇ ਭਾਗੇ ਲੈ ਦੱਸ ਮੇਰੀ ਤਾਂ ਗੱਲ ਹੀ ਨਹੀਂ ਗੋਲਦੇ ਮੇਰੇ ਨਾਲ ਤਾਂ ਹਰੇਕ ਗੱਲ ਤੇ ਲੜਨ ਲੱਗ ਜਾਂਦੇ ਆ ਮੈਂ ਤਾਂ ਪੁੱਤ ਧੀ ਐ ਕਹਿਣਾ ਹਾਂਜੀ ਵੀ ਆਪਣੇ ਜਿਹੜੇ ਵੱਡ ਵਡੇਰੇ ਨੇ ਸੀਧਾ ਨੇ ਤੇ ਵੀ ਕੋਈ ਮਨ ਮਨੌਤੀ ਕਰ ਲਓ ਕੋਈ ਕੋਈ ਨਾ ਡੈਡੀ ਜੀ ਆਪਾਂ ਦੇਖ ਲਾਂਗੇ ਕਰ ਲਾਂਗੇ ਹੋਰ ਬੇਟੇ ਜ਼ਰੂਰ ਦੇਖੋ ਕੋਈ ਨਾ ਡੈਡੀ ਜੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਠੀਕ ਹੈ ਬੇਟੇ ਤੇ ਟੈਨਸ਼ਨ ਤਾਂ ਹੁੰਦੀ ਹੈ ਮੇਰਾ ਵੀ ਜੀ ਕਰਦਾ ਹੈ ਨਾ ਵੀ ਪੋਤੇ ਪੋਤੀਆਂ ਖੜਾਈਏ ਹੂੰ ਬੱਚੇ ਹੋਣ ਚੋ ਲਾੜ ਮਨਾਏ ਜਾਣ ਕੀ ਭਰੋਸਾ ਜ਼ਿੰਦਗੀ ਦਾ ਕੋਈ ਨਾ ਡੈਡੀ ਜੀ ਮੈਂ ਇਹਨਾਂ ਨਾਲ ਕਰਦੀ ਆ ਗੱਲ ਤੁਸੀਂ ਸੋਚ ਨਾ ਕਰੋ ਨਹੀਂ ਬੇਟੇ ਚਲੋ ਠੀਕ ਹੈ ਪੁਰੇ ਕਰੀਏ ਬਹੂ ਰਾਣੀ ਹਾਂਜੀ ਬੇਬੇ ਜੀ ਲੈ ਪੁੱਤ ਮੈਂ ਤਾਂ ਲੱਡੂ ਲੈ ਕੇ ਆਈ ਆ ਥੋੜਾ ਮਾਂ ਮਿੱਠਾ ਮੂੰਹ ਕਰਾਇਆ ਵਾ ਕੀ ਹੋ ਗਿਆ ਪੋਤਾ ਵਧਾਈਆਂ ਤੁਹਾਨੂੰ ਮਹਾਰਾਜ ਸੋਨੂੰ ਵਧਾਏ ਭਾਈ ਹੁਣ ਤਾਂ ਮੈਂ ਤੁਹਾਡੇ ਘਰ ਕੇ ਰੋਜ਼ ਝਾਕ ਰਹੀ ਆ ਕਿਉਂ ਖੁਸ਼ੀ ਦਿਵਾਓ ਮੈਨੂੰ ਵੀ ਦਿਓ ਖੁਸ਼ੀ ਕੋਈ ਆ ਜਾ ਬੇਬੇ ਜੀ ਆਪ ਉੱਥੇ ਬਹਿ ਕੇ ਗੱਲ ਕਰਦੇ ਆ ਜਾਓ ਹੋਰ ਬੇਬੇ ਜੀ ਠੀਕ ਹੋ ਤੁਸੀਂ ਠੀਕ ਠਾਕ ਭਾਈ ਤੁਸੀਂ ਦੱਸੋ ਹਾਂਜੀ ਮੈਂ ਵੀ ਵਧੀਆ ਸੱਚ ਉਹ ਤੇਰਾ ਸਹੁਰਾ ਦਾਰੂ ਬਾਲ ਵੀ ਪੀਂਦਾ ਤੀ ਹੁਣ ਕਿਵੇਂ ਹੁਣ ਤਾਂ ਉਹਨਾਂ ਨੇ ਛੱਡਤੀ ਹੁਣ ਉਹਨਾਂ ਦੀ ਨਾ ਦਵਾਈ ਚੱਲਦੀ ਆ ਅੱਛਾ ਹਾਂਜੀ ਠੀਕ ਹੈ ਮੈਂ ਤੈਨੂੰ ਐਂ ਕਹਿੰਦੀ ਸਾਡੇ ਉੱਥੇ ਮੋਹਨਪੁਰੀ ਬਾਬੇ ਦਾ ਡੇਰ ਹੈ ਹਾਂਜੀ ਉੱਥੇ ਸੰਤ ਨੇ ਉਹਨਾਂ ਕੋਲ ਦੇਖ ਲਓ ਤਾਂ ਅੱਗਾ ਸੁੱਤਾ ਪਾ ਦੇਣਗੇ ਕੋਈ ਬੇਬੇ ਜੀ ਮੈਂ ਤਾਂ ਇਹਨਾਂ ਨੂੰ ਬਹੁਤ ਕਹਿੰਦੀ ਹਾਂ ਮੇਰੀ ਗੱਲ ਹੀ ਨਹੀਂ ਮੰਨਦੇ ਇਹ ਬਾਕੀ ਤਾਂ ਭਾਈ ਮੈਂ ਚੱਲੂ ਨਾ ਜਿੰਨੇ ਕੁ ਜੋਗਰੀਆਂ ਕੋਈ ਨਾ ਬੇਬੀ ਜੀ ਮੈਂ ਆਉਂਦੇ ਆ ਨਾ ਘਰੇ ਮੈਂ ਇਹਨਾਂ ਨਾਲ ਗੱਲ ਕਰ ਲੈਂਦੀ ਹਾਂ ਗੱਲ ਕਰਕੇ ਦੱਸਦੀ ਮੈਂ ਭਾਈ ਬਾਕੀ ਚਲੂ ਜਣੀ ਤੁਹਾਡੇ ਘਰ ਕਰੀ ਨਹੀਂ ਗਾਉਂ ਸਭ ਦੀ ਹੈ ਵੀ ਰੱਬ ਕਦੇ ਨਾ ਕਦੇ ਕੋਈ ਖੁਸ਼ੀ ਦਾ ਦਿਨ ਲਿਆਵੇ ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਉਣੀ ਆ ਪਰ ਮੇਰੀ ਗੱਲ ਹੀ ਨਹੀਂ ਮੰਨਦੇ ਤੂੰ ਗੱਲ ਛੇੜ ਕੇ ਦੇਖ ਲਈ ਮੈਂ ਤੇਰੇ ਨਾਲ ਬਾਕੀ ਚਲੂ ਠੀਕ ਹੈ ਹਾਂ ਮੈਂ ਤੇਰੇ ਨਾਲ ਡੇਰਾ ਸਾਡੇ ਵਧੀਆ ਸਕਤੀ ਆ ਥਾਂ ਹੈ ਹਾਂਜੀ ਉੱਥੇ ਤਾਂ ਤਾਗੇ ਸੁੱਤੇ ਪਏ ਭਾਈ ਰਿੱਕ ਦੇ ਘਰੇ ਚਾਨਣ ਹੁੰਦਾ ਹੋਰ ਕੀ ਮੈਂ ਤਾਂ ਆਪ ਸੋਚਦੀ ਰਹਿਣੀ ਆ ਵੀ ਸਾਡੇ ਤਾਂ ਵਿਆਹ ਨੂੰ ਵੀ ਇੰਨਾ ਟਾਈਮ ਹੋ ਗਿਆ ਕੋਈ ਨਾ ਤੂੰ ਪੁੱਛ ਲਈ ਫਿਰ ਮੈਂ ਤੇਰੇ ਨਾਲ ਬਾਕੀ ਚਲੂ ਠੀਕ ਹੈ ਹੋਰ ਬੇਬੇ ਬੈਠੋ ਮੈਂ ਤੁਹਾਡੇ ਲਈ ਚਾਹ ਕਰਕੇ ਲੈ ਕੇ ਆਉਂਦੀ ਹਾਂ ਚਾਹ ਨਾ ਬਣਾ ਮੇਰੇ ਘਰ ਕਈ ਨੇ ਤੂੰ ਮੈਨੂੰ ਭਾਂਡਾ ਦੇਣ ਮੈਂ ਜਮਾ ਬਸ ਉਹ ਵੀ ਤੇਰ ਵੀ ਦਿੱਤੀ ਹੈ ਜਿਹੜੀ ਤੂੰ ਕਰਦੇ ਮੈਂ ਬਣਾਣੀ ਬਸ ਉਹ ਵੀ ਤੇਰ ਕੋਈ ਮੈਂ ਕਿਹਾ ਉਹ ਵੀ ਆਪਣੀ ਇਕੱਠੀ ਹੋਈ ਚਾਹ ਫਰਕ ਨਹੀਂ ਚਲੋ ਠੀਕ ਹੈ ਮੈਂ ਤੁਹਾਨੂੰ ਲੈ ਕੇ ਦਿੰਦੀ ਹਾਂ ਮੈਨੂੰ ਭਾਂਡਾ ਦੇ ਮੈਂ ਘਰ ਨੂੰ ਜਾਵਾਂ ਆ ਜੀਰੀ ਜੀ ਭਾਂ ਦੀ ਵੜ ਗਈ ਸਾਰੀ ਜੀਰੀ ਪੱਕ ਗਈ ਵੱਲ ਬਣਾ ਗਈ ਵੜ ਗਈ ਪੁੱਤ ਜੀਰੀ ਹਾਂ ਬਾਪੂ ਵੜ ਗਈ ਜੀਰੀ ਸਾਰੀ ਅੱਛਾ ਵਧੀਆ ਹੋ ਗਈ ਐਨ ਪੂਰੀ ਵਧੀਆ ਹੋ ਗਈ ਅੱਛਾ 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 ਚੱਲ ਪੁੱਤ ਟਿਕਾਈ ਨਾ ਜਾਈ ਕੋਈ ਨਾ ਬਾਪੂ ਮੈਂ ਕਹਿੰਦਾ ਸੀ ਹਾਂ ਬਾਪੂ ਤੂੰ ਮੰਡੀ ਤੇ ਜਾਵੇਂਗਾ ਅੱਛਾ ਤੂੰ ਜਗਰਾਜ ਡਾਕਟਰ ਤੋਂ ਮੇਰੀ ਦਵਾਈ ਫੜ ਲਈ ਕੋਈ ਨਾ ਬਾਪੂ ਫੜ ਲਿਆਵਾਂਗੇ ਮੈਂ ਤਾਂ ਹਲ ਤੱਕ ਹੋਰ ਪੁੱਤ ਤਕਲੀਫ ਜ਼ਿਆਦੇ ਰਹਿੰਦੀ ਹੈ ਅੱਛਾ ਬਾਪੂ ਕੋਈ ਨਾ ਫੜ ਲਿਆਉ ਬਾਪੂ ਹੋਰ ਕੋਈ ਨਾ ਟਕਾਈ ਜੀ ਨਾ ਜਾਈ ਪੁੱਤ ਠੀਕ ਆ ਬਾਪੂ ਕੋਈ ਨਾ ਟਕਾਈ ਨਾਲੇ ਜਾਊਂਗਾ ਬਹੁਤ ਜ਼ਿਆਦੇ ਐ ਠੀਕ ਆ ਬਾਪੂ ਨਾਲੇ ਪੈਸੇ ਕਰੀ ਪਿੱਛੇ ਦੇਖ ਲਈ ਉਤਰ ਕੇ ਕੋਈ ਨਾ ਬਾਪੂ ਪਿੱਛੇ ਤੇ ਲੋਟ ਆ ਕਈ ਵਾਰ ਜਵਾਖ ਚੜ ਜਾਂਦੇ ਨੇ ਇਹਨਾਂ ਦੇ ਸੱਟ ਨਾ ਖਾ ਲੈਣ ਨਾ ਇਧਰੇ ਦਾਣੇ ਨਾ ਕੱਢ ਲੈਣ ਕਿਤੇ ਠੀਕ ਆ ਬਾਪੂ ਜੀਰੀ ਦਾ ਆਪਣੀ ਵਧੀਆ ਲਿਖੜੇ ਹੈ ਨਾ ਅੱਜ ਜੀ ਤਾਂ ਬਹੁਤ ਸੋਹਣੀ ਐ ਪੁੱਤ ਬਾਕੀ ਆਪਣਾ ਉਧਰ ਦਾ ਕੀਲਾ ਵੱਡਾਂਗੇ ਉਦੋਂ ਲਿਖੜੇ ਹੋਊਗੀ ਆਏ ਦਾ ਆਪਾਂ ਰਾਜ ਦੀ ਨਹੀਂ ਹੁੰਦੇ ਠੀਕ ਹੈ ਪਰ ਦਵਾਈ ਨਾ ਭੁੱਲੀ ਹਾਂ ਬਾਪੂ ਕੋਈ ਨਾ ਦੇਖਾਂਗੇ ਦਵਾਈ ਵੀ ਮੇਰੇ ਹਰ ਇੱਕ ਦਾ ਹੋਰ ਟੈਨਸ਼ਨ ਲਾ ਦਿੰਦੇ ਨੇ ਪਤਾ ਨਹੀਂ ਆਪਦੀ ਲੈ ਕੇ ਵਜਾਂਦਾ ਬੁੜਾ ਵੀ ਭੈਣ ਦੀ ਵੀ ਸਾਰਾ ਦਿਨ ਤਾਂ ਊ ਮਰ ਰਿਹਾ ਵੀ ਦੱਸ ਤੁਰ ਕੇ ਡੀ ਦੂਰ ਕਿੱਥੇ ਜਾਊਗਾ ਮੰਡੀ ਚੋਂ ਚੱਲ ਚੱਲੀਏ ਉਹ ਬਾਈ ਚੱਲ ਐਂ ਕਰੀ ਮੱਲਾ ਹਾਂ ਬਾਪੂ ਹੁਣ ਕੀ ਰਹਿ ਗਿਆ ਤੇਰਾ ਨਾਲੇ ਤਾਂ ਇਹਦੇ ਵਿੱਚ ਪਵਾ ਲਈ ਤੂੰ ਤੇਲ ਠੀਕ ਆ ਬਾਪੂ ਠੀਕ ਹੈ ਨਾਲੇ ਤੂੰ ਆਪਣੇ ਪਸ਼ੂਆਂ ਵਾਸਤੇ ਕੁਛ ਤਾਂ ਖਾਦੀਆਂ ਬੋਰੀਆਂ ਲਈ ਤੇ ਨਾਲੇ ਲਿਆਈ ਚੋਕਰ ਉਹ ਠੀਕ ਆ ਬਾਪੂ ਜੇ ਟਾਈਮ ਲੱਗ ਗਿਆ ਤਾਂ ਚੱਕ ਲਿਆਉਂਗਾ ਇਹ ਤੇਲ ਪੂਰਾ ਕਰਕੇ ਖੜਾ ਕੇ ਆਈ ਡਾਇਰੈਕਟ ਉਹ ਕੋਈ ਨਾ ਤੇਲ ਦਾ ਪੂਰਾ ਫੇਰ ਕਰ ਇਹ ਬਗੈਨਾ ਸੰਧੂ ਹੀ ਨਹੀਂ ਮਿਲਦਾ ਠੀਕ ਆ ਬਾਪੂ
दवाई लेके आई जा भुली ना। ओ ठीक है बापू, इनी चलदा यार, आई जाना पऊगा डेक जा पैंदे यार दी कदे जीरी नहीं काटा लकड़ी आ एक फेरे कहिंदा दवाई लिया कुछ आड़ थी दिन ने परौने दे पैसे तां पहले पूरे होए पए ने दस इन्हां नूं कित्थों दवाईआं लिया लिया दे दां मैं इन्हां ने लहू पी रख्या मेरा चल हुण कोई ना कोई हीला तां करनी पऊगा आड़ती नूं होर पुछ के लेट खड़ा दांगे होर की हीला चल चलीए हुण तां आपां चलो साले दी अज गर्मी जी भी ज्यादा कड्ढण दे गर्मी जी की करदे सी कुछ नहीं आ देख फिल्म देख रहा थी नवी आई आ ਤੁਸੀਂ ਸਾਰੀ ਦੜੀ ਨਾ ਫਿਲਮਾਂ ਹੀ ਦੇਖਦੇ ਰਹਿ ਕਰੋ ਤਾਂ ਹੀ ਤੁਹਾਡੇ ਧਿਆਨ ਨਾ ਇਹਦੇ 'ਚ ਹੀ ਰਹਿੰਦਾ ਉਹ ਯਾਰ ਧਿਆਨ ਤਾਂ ਤੇਰੇ 'ਚ ਰਹਿੰਦਾ ਅੱਛਾ ਮੇਰੀ ਗੱਲ ਸੁਣੋ ਤੁਸੀਂ ਗੱਲਾਂ ਨੂੰ ਛੱਡੋ ਹਾਂਜੀ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀ ਅੱਜ ਨਾ ਤਾਈ ਆਈ ਸੀਗੀ ਆਪਣੇ ਦੂਜੇ ਘਰੋਂ ਅੱਛਾ ਜੀ ਤੇ ਨਾ ਤਾਈ ਲੱਡੂ ਦੇ ਕੇ ਗਈ ਸੀ ਉਹਨਾਂ ਦੇ ਘਰੇ ਨਾ ਮੁੰਡਾ ਹੋਇਆ ਵਾ ਅੱਛਾ ਹਾਂ ਤੇ ਉਹ ਨਾ ਤਾਈ ਜਵਾਕਾ ਦਾ ਕਹਿੰਦੀ ਸੀਗੀ ਵੀ ਆਪਣੇ ਵਿਆਹ ਨੂੰ ਵੀ ਬਾਲਾ ਟਾਈਮ ਹੋ ਗਿਆ ਅੱਛਾ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀ ਵੀ ਡੈਡੀ ਵੀ ਨਾ ਬੜੀ ਟੈਨਸ਼ਨ ਲੈਂਦੇ ਆ ਕਿਹੜੀ ਗੱਲ ਦੀ ਟੈਨਸ਼ਨ ਲੈਂਦੇ ਨੇ ਉਹਨਾਂ ਦਾ ਤਾਂ ਯਾਰ ਆਹੀ ਕੰਮ ਆ ਯਾਰ ਡੈਡੀ ਤਾਂ ਹੀ ਕਹਿੰਦੇ ਆ ਵੀ ਹੁਣ ਆਪਾਂ ਵੀ ਬੱਚਾ ਕਰ ਲਈਏ ਉਹ ਦੁਨੀਆ ਰੇ ਰਹਿ ਹੁਣੇ ਬੱਚੀ ਤੋਂ ਕੀ ਕਰਾਵੇਂਗੀ ਤੁਸੀਂ ਨਾ ਮੇਰੀ ਗੱਲ ਦੀ ਨਾ ਜਮਾ ਟੈਨਸ਼ਨ ਨਹੀਂ ਲੈਂਦੇਗੇ ਉਹ ਯਾਰ ਟਕੀ ਨਾਲ ਕਰ ਲਾਂਗੇ ਨਜ਼ਾਰੇ ਲੈ ਹਲੇ ਆਪਾਂ ਘੁੰਮਣ ਫਿਰਨ ਦੀ ਉਮਰ ਆਪਣੀ ਮੈਨੂੰ ਲੱਗਦਾ ਤੁਹਾਡੀ ਚ ਤਾਂ ਨਹੀਂ ਕੋਈ ਕਮੀ ਨਾ ਹੁਣ ਬੋਲਦੇ ਨਹੀਂ ਮੇਰੇ ਚ ਨਾ ਨਾ ਉਹੀ ਮਰੀ ਜਾਂਦੀ ਤੂੰ ਤਾਂ ਆਪਦੀ ਬੰਦੇ ਨੇ ਹੋਰ ਵੀ ਸਭ ਕੰਮ ਕਰਨਾ ਹੁੰਦਾ ਤੂੰ ਤਾਂ ਵੇਲੀ ਆ ਤਾਈ ਨਾ ਤੁਸੀਂ ਮੇਰੀ ਇਹ ਗੱਲ ਤੇ ਹਮੇਸ਼ਾ ਭੜਕ ਕੇ ਉੱਠ ਜਾਂਦੇ ਹੋ ਉਹ ਬੱਸ ਕਰ ਤੂੰ ਮੇਰਾ ਥੱਪੜ ਨਾ ਖਾ ਲਈ ਮੇਰੇ ਸਾਲਿਆਂ ਦੀ ਹੋਰੇ ਗੱਲਾਂ ਕਰਨ ਲੱਗੀ ਤੁਹਾਨੂੰ ਨਾ ਮੇਰੀਆਂ ਗੱਲਾਂ ਹੁਣ ਚੰਗੀਆਂ ਨਹੀਂ ਲੱਗਦੀਆਂ ਮੈਂ ਸੱਚ ਬੋਲਦੀ ਆ ਤਾਂ ਕਰਕੇ ਉਹ ਕਿਹੜਾ ਸੱਚ ਬੋਲਦੀ ਆ ਯਾਰ ਉਹੀ ਤੜਕੀ ਤੜਕੀ ਦਿਮਾਗ ਖਾਣ ਲੱਗੀ ਜਾ ਭਾਜਾ ਫਰੇ ਭਾਗ ਜਾ ਮੈਨੂੰ ਦੱਸੋ ਤੁਸੀਂ ਮੇਰੇ ਤੋਂ ਦੂਰ ਦੂਰ ਕਾਹ ਤੋਂ ਭੱਜਦੇ ਹੋ ਉਹ ਤੂੰ ਯਾਰ ਬਾਏ ਯਾਰ ਕੰਨ ਨਾ ਖਾ ਯਾਰ ਮੇਰੇ ਬੰਦਾ ਥੱਕਿਆ ਹੋਇਆ ਨਹੀਂ ਦੇਖਦੀ ਕਿ ਐ ਕੰਮ ਕਰ ਤੋ ਉਹ ਮੈਂ ਤੁਹਾਡੇ ਕਿਹੜੇ ਕੰਨ ਖਾਦੇ ਮੈਂ ਬੰਦੇ ਆ ਕੇ ਕੋਈ ਗੱਲ ਵੀ ਨਹੀਂ ਕਰ ਸਕਦਾਗਾ ਉਹ ਯਾਰ ਹਲੇ ਮੇਰਾ ਦਿਮਾਗ ਸੈੱਟ ਨਹੀਂ ਯਾਰ ਤੂੰ ਭਾਗ ਜਾ ਯਾਰ ਭੱਜ ਤੜਕੇ ਕਰਾਂਗੇ ਗੱਲ ਜਾ ਭੱਜਾ ਬੇਲੀਆਂ ਤੂੰ ਤਾਂ ਯਾਰ ਤੜਕੀ ਬੰਦੇ ਨੇ ਕੋਈ 100 ਗੱਲਬਾਤ ਵੀ ਕਰਨੀ ਹੁੰਦੀ ਤੁਸੀਂ ਤਾਂ ਆਨੇ ਰੋਟੀ ਖਾ ਕੇ ਆਪਦੇ ਸੋ ਜਾਂਦੇ ਆ ਉਹ ਯਾਰ ਸਵੇਰੇ ਕਰਾਂਗੇ ਯਾਰ ਜਦੋਂ ਤੈਨੂੰ ਕਹਿੰਦਾ ਯਾਰ ਤੂੰ ਭਾਗ ਜਾ ਯਾਰ ਠੀਕ ਆ ਮੈਂ ਅੱਜ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੀ ਭਾਜਾ ਭਾਜਾ ਯਾਰ ਤੇਰਾ ਤਾਂ ਆਹੀ ਕੰਮ ਚੱਲੂ ਯਾਰ ਕੁੱਤਾ ਕਰੇ ਤੇ ਰੋਜ਼ ਦਾ ਹੀ ਕੰਮ ਹੋ ਗਿਆ ਤੇਰਾ ਤਾਂ ਆਹੀ ਕੰਮ ਆ ਯਾਰ ਮੈਂ ਦੀ ਬੰਦੇ ਨੂੰ ਨਾ ਥੱਕੇ ਨੂੰ ਦੇਖੇ ਨਾ ਕਿਸੇ ਹੋਰ ਨੂੰ ਬਾ ਫਿਲਮ ਦੇਖਦੇ ਆਂ ਕੋਈ ਉਹ ਕਿਉਂ ਕੀ ਕਰ ਰਿਹਾ ਤੂੰ ਉਹ ਮੈਂ ਤਾਂ ਜੀਰੀ ਦੇਖਣ ਆਇਆ ਸੀਗਾ ਮੈਂ ਵੱਢਣ ਵਾਲੀ ਹੋ ਰਹੀ ਆ ਕਿ ਨਾ ਅੱਗੇ ਡੀ ਨਹੀਂ ਵੱਜਦਾ ਇੱਕ ਤਾਂ ਕੰਮ ਵਾਲੇ ਰਹਿੰਦੇ ਨੇ ਅੱਛਾ ਮੈਂ ਆਪਣਾ ਟਰੈਕਟਰ ਖੜਾਇਆ ਸੀ ਤੇਲ ਪੂਰਾ ਕਰਕੇ ਅੱਛਾ ਹਾਂ ਹੋਰ ਕਿਹੜੇ ਦੇ ਡੇਗਦੇ ਤੁਸੀਂ ਕਿਹੜੇ ਅੜਤੀ ਦੇ ਉਹ ਕੀ ਸੂਗੇ ਨੇ ਵੱਡੇ ਅੜਤੇ ਨੇ ਕਿ ਖਜ਼ਾਨ ਚੀਕੇ ਉਹਨਾਂ ਤੋਂ ਦੇਖਦੇ ਆ ਹੋਰ ਮੈਂ ਵੀ ਜੀਰੀ ਦੇਖਣ ਆਇਆ ਸੀਗਾ ਉਹ ਦੂਸਰਾ ਟਰੈਕਟਰ ਸੁਪਰ ਸੀਡਰ ਤੇ ਲਾ ਰੱਖਿਆ ਹੈਗਾ ਅੱਛਾ ਹੋਰ ਇੱਕੋ ਛੋਟੀ ਟਰਾਲੀ ਦੀ ਉਹ ਕਰਦੀ ਆ ਕੀ ਹੁੰਦਾ ਉਹ ਹੁੱਕਾ ਐ ਕਰਦੀ ਆ ਓਏ ਕਿਹੜਾ ਕਦੋਂ ਕਿਹੜਾ ਲੈ ਜਾਂਦਾ ਮੰਗ ਕੇ ਕਦੋਂ ਕਿਹੜਾ ਲੈ ਜਾਂਦਾ ਮੰਗ ਕੇ ਉਹਦਾ ਕੰਮ ਕਰਾ ਲਓ ਪਰੌਣੇ ਦਾ ਕਿਸੇ ਦੇ ਸੱਟ ਮਾਰੂ ਟਰਾਲੀ ਅੱਛਾ ਕੋਈ ਨਾ ਕਰਵਾ ਦਾਂਗੇ ਸਿਰੀ ਨੂੰ ਭੇਜ ਦਾਂਗੇ ਹੋਰ ਉਹ ਤਾਂ ਐ ਕਰਦੀ ਆ ਮੈਨੂੰ ਡਰ ਲੱਗੇ ਮਾਂ ਕਿਤੇ ਹੋਈ ਨਾ ਹੁੱਕ ਟੁੱਟ ਜੇ ਕਿਤੇ ਜੀਰੀ ਡੁੱਲ ਜੇ ਕੋਈ ਨਾ ਸੈੱਟ ਕਰਾ ਦਾਂਗੇ ਮਨੀ ਲਹਾਰ ਦੇ ਛੱਡ ਕੇ ਆਉਂਗਾ ਟਰਾਲੀ ਫਿਰ ਉਹਨੂੰ ਭੇਜ ਅੱਛਾ ਕੋਈ ਨਾ ਛੱਡੇ ਆਈ ਹਾਂ ਕੰਮ ਕਰਾ ਦੀ ਤੇ ਹੋਰ ਦੱਸ ਫਿਰ ਹੋਰ ਵਧੀਆ ਉਹ ਯਾਰ ਜਿਹੜੀ ਤਾਂ ਦਵਾਈ ਜੀ ਦਿੱਤੀ ਦੀ ਹਾਂ ਉਹ ਅਸਰ ਜੀ ਨਹੀਂ ਕਰਦੀ ਕਿ ਕੁੜੀ ਚੋਦੀ ਮੈਨੂੰ ਲੱਗਦਾ ਜੱਬਲ ਜੀ ਅਸਰ ਨਹੀਂ ਕਰਦੀ ਹੋਰ ਉਹ ਮੈਨੂੰ ਲੱਗਦਾ ਤੈਨੇ ਸਹੀ ਢੰਗ ਨਾਲ ਨਹੀਂ ਲਈ ਹੋਣੀ ਦਵਾਈ ਕੀ ਨਹੀਂ ਲਈ ਹੋਣੀ ਦਵਾਈ ਅੱਛਾ ਅਸਰ ਦਵਾਈ ਕਿਤੇ ਭੁੱਲ ਭਾਲ ਨਾ ਜਾਂਦਾ ਹੋਵੇ ਤੂੰ ਨਾ ਦਵਾਈ ਤਾਂ ਮੈਂ ਸਹੀ ਢੰਗ ਨਾਲ ਲੈਤੀ ਸੀ ਮੈਨੂੰ ਲੱਗਦਾ ਅਸਰ ਜਾਂ ਨਹੀਂ ਕਰਦੀ ਯਾਰ ਅਸਰ ਯਾਰ ਕਰਨੀ ਚਾਹੀਦੀ ਆ ਮੈਂ ਯਾਰ ਤੇਥੋਂ ਪਹਿਲਾਂ ਬਹੁਤ ਜਣਾ ਲੈਤੀ ਆ ਦਵਾਈ ਉਹ ਅੱਛਾ ਹੋਰ ਡਾਕਟਰ ਪੂਰਾ ਕਾਰੀਗਰ ਆ ਉਹ ਅੱਛਾ ਡਾਕਟਰ ਕਿੱਥੋਂ ਦਾ ਦੀ ਉਹ ਤਕੜੀ ਪੜ੍ਹਾਈ ਕਰੀ ਹੋਈ ਆ ਡਾਕਟਰ ਦੀ ਅੱਛਾ ਹਾਂ ਉਹ ਯਾਰ ਜਿੰਨੇ ਨੂੰ ਮੈਂ ਦਵਾਈ ਖਾਧੀ ਆ ਪੂਰਾ ਅਸਰ ਕਰਿਆ ਯਾਰ ਸਾਰੇ ਜਵਾਕ ਹਜੇ ਲੈਣੇ ਹੋ ਗਏ ਅੱਛਾ ਭੈਣ ਦੇ ਯਾਰ ਦੀ ਮੇਰੇ ਤੇ ਤਾਂ ਅਸਰ ਨਹੀਂ ਕਰਿਆ ਉਹਨੇ ਅਸਰ ਨਹੀਂ ਕਰਿਆ ਯਾਰ ਮੈਨੂੰ ਲੱਗਦਾ ਤੈਨੂੰ ਦਵਾਈ ਨਹੀਂ ਸਹੀ ਢੰਗ ਨਾਲ ਖਾਧੀ ਹੈਗੀ ਬਈ ਤੇਰੇ ਲੱਛਣ ਮਾੜੇ ਨੇ ਹੁਣ ਕੀ ਜੇ ਯਾਰ ਮੈਨੂੰ ਤਾਂ ਲੱਗਦਾ ਯਾਰ ਸਹੀ ਢੰਗ ਨਾਲ ਖਾਧੀ ਦੀ ਮੈਨੂੰ ਐ ਦੱਸ ਮੋਬਾਈਲ ਮੂਲ ਦੇਖਦਾ ਤੂੰ ਮੋਬਾਈਲ ਤਾਂ ਆਪਾਂ ਡੇਲੀ ਦੇਖਦੇ ਆ ਕੀ ਦੇਖਣਾ ਨਾ ਜਾ ਉਹੀ ਆਪਣਾ ਜੱਦਾ ਮੇਰੇ ਸਾਲੇ ਦੇ ਆਹੀ ਹਰਕਤਾਂ ਮਾੜੀਆਂ ਨੇ ਛੋਡੀਆਂ ਅੱਛਾ ਉਹ ਯਾਰ ਅਸੀਂ ਕੰਮ ਚ ਇੰਨੇ ਬਿਜ਼ੀ ਰਹਿੰਦੇ ਹੈਗੇ ਨਾ ਆਪਦੇ ਆਪ ਨੂੰ ਇੰਨਾ ਬਿਜ਼ੀ ਰੱਖਦੇ ਹੈਗੇ ਸਾਨੂੰ ਜਮੀ ਵੇਲ ਹੀ ਮਿਲਦੀ ਆ ਮੋਬਾਈਲ ਚਲਾਉਣ ਵਾਸਤੇ ਅਸੀਂ ਤਾਂ ਫੋਨ ਸੁਣਦੇ ਹਾਂ ਬਸ ਲਾਉਣੇ ਹੈਗੇ ਕਰਦੇ ਆ ਗੱਲ ਬਸ ਆਹੀ ਚੀਜ਼ਾਂ ਨੇ ਸਾਡੇ ਕੋਲ ਅਸੀਂ ਤਾਂ ਭਾਂ ਅਸੀਂ ਵੇਲੇ ਹਾਂ ਅਸੀਂ ਤਾਂ ਜੀਰੀ ਬੀਜਤੀ ਜੀਰੀ ਵੱਢ ਲਈ ਕਣਕ ਬੀਜਤੀ ਜਵਾਕ ਨਾ ਤੇ ਸੋਡੇ ਵਰਗੇ ਜਦੋਂ ਗਲਤ ਹਰਕਤਾਂ ਕਰਦੇ ਨੇ ਨਾ ਤਾਂ ਫਿਰ ਆਹੀ ਅੰਜਾਮ ਹੁੰਦਾ ਫਿਰ ਕਹਿੰਦੇ ਦਵਾਈਆਂ ਨਹੀਂ ਲੱਗਦੀਆਂ ਹੈਗੀਆਂ ਦਵਾਈਆਂ ਥਾਹ ਲੱਗਣੀਆਂ ਨੇ ਸਿੱਧਾ ਤਾਂ ਮੇਰੇ ਸਾਲੇ ਦੇ ਅਸੀਂ ਬਾਥਰੂਮ 'ਚ ਵੜ ਜਾਣੇ ਸੀ ਨਾ ਫਿਰ ਇਹ ਗਲਤ ਅਸਰ ਕਰ ਦਿੰਦੇ ਨਾ ਫੋਨ ਮੈਂ ਛੱਡਾਂ ਫਿਰ ਬਈ ਜਿਹੜੀਆਂ ਆਦਤਾਂ ਲੱਗ ਜਾਂਦੀਆਂ ਨੇ ਨਾ ਛੱਡਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਉਹ
फिर तो मैं मेरे पापे नूं पुछ लूं यार भी मैं उन्हां दे ट्रैक्टर ते रह जाना नाल 10,000 रुपया दे दी तेनूं की घाटा बूत दा कड्डा सरदार आ भैण दी परा गया गल सुन ला सीजन बारे लाके आणो ब्रो को पैन ते नाल फिर रुपये वध कर ला बई रुपया वध बुद्ध नहीं यार ना भैण दी मरा गया तुसीं तां रात नूं भी कहोगे गेड़े ला बई जावर दिन च कर ला कम आ गई बई हुण तूं संत तोड़े आ साडा संत नूं भैण दी मरा गया कहां दी मैं तां घंट च मारन लग्गिया चलाऊंगी रोड ते बस आही कम आ होर की ते गेर पा दा हक ता ਜਦੋਂ ਤੈਥੋਂ ਮੇਰੇ ਸਾਲੇ ਦੀ ਆਪਦੀ ਤੀਵੀਂ ਨਹੀਂ ਚੱਲੀ ਟਰੈਕਟਰ ਚਲਾਏਗਾ ਤੂੰ ਮੇਰਾ ਸੰਦ ਹੋਰ ਮੇਰੇ ਸਾਲੇ ਮਹੀ ਦਾ ਚਲਾਉਣਾ ਹੋਰ ਕੀ ਤੂੰ ਚਲਾ ਕੇ ਜਾਂਦਾ ਓਏ ਉਹ ਪਤਾ ਛੱਡੇ ਉਹ ਚੱਲ ਯਾਰ ਕਾਂ ਨੂੰ ਗਰਮੀ ਬਹੁਤ ਹੋ ਰਹੀ ਆ ਮੇਰੇ ਯਾਰ ਅਜੀਰੀਨ ਦਾ ਪਾਣੀ ਇੱਕ ਹੋਰ ਆ ਜੂ ਮੇਰੇ ਸਾਲਿਆਂ ਦਾ ਚੱਲ ਕੋਈ ਨਾ ਇਹਦੇ ਕਣਕ ਬੀਜ ਉਹਨਾਂ ਦੇ ਕਹਿੰਦੇ ਨਿਕੜੂ ਛੁੱਟੀ ਪੜਾਉ ਚੋ ਸੋ ਬੀਜ ਆ ਗਏ ਕੋਈ ਚੱਕ ਨਹੀਂ ਸਾਡਾ ਸੁਪਰ ਸੀਡਰ ਹੈ ਤੂੰ ਆਪਦੀ ਫਿਕਰ ਕਰ ਠੀਕ ਆ ਮੇਰਾ ਬੀਜ ਤੀ ਪੈਰ ਦੇ ਮਰਾ ਕੇ ਤਾਂ ਹੀ ਤੇ ਵੱਡੇ ਜ਼ਮੀਨਦਾਰ ਮਾ ਹੋਣੇ ਦਿਨ ਰਾਤ ਚਲਾਉਣੇ ਗਏ ਤੂੰ ਦਵਾਈ ਵਧੀਆ ਖਾ ਠੀਕ ਆ ਧਿਆਨ ਨਾਲ ਹੋਰ ਲੈ ਜਾਈਂ ਉਹਦੇ ਡਾਕਟਰ ਤੋਂ ਦਵਾਈ ਤਾਂ ਮੈਂ ਹੋਰ ਲੈ ਜਾਊਂਗਾ ਤੂੰ ਜੇ ਬੰਦਾ ਰੱਖਣਾ ਤੂੰ ਮੈਨੂੰ ਫੋਨ ਕਰ ਦੀ ਤੂੰ ਫਿਕਰ ਨਾ ਕਰ ਤੇਰਾ ਭਾਈ ਹੈਗਾ ਜਵਾਖਾਂ ਜੱਲਿਆਂ ਦੀ ਠੀਕ ਆ ਅੱਛਾ ਹਾਂ ਕਿਉਂ ਫਿਕਰ ਕਰਦਾ ਤੂੰ ਮੇਰੇ ਹੁੰਦੇ ਆ ਤੂੰ ਮੇਰੇ ਤੇ ਛੱਡ ਦੇ ਯਾਰ ਭੈਣ ਦੀ ਮਰਾ ਕੇ ਆ ਕੀ ਕਹਿਣਾ ਤੂੰ ਹੋ ਮੈਂ ਤਾਂ ਤੇਰੇ ਨਾਲ ਮਖੌਲ ਕਰਦਾ ਸੀਗਾ ਇਹ ਕਾਹਦਾ ਮਖੌਲਾ ਯਾਰ ਟੱਟੂ ਦਾ ਮਖੌਲਾ ਹੈ ਉਹ ਕੋਈ ਨਾ ਗੁੱਸਾ ਕਾਹਨੂੰ ਕਰ ਗਿਆ ਅਹੀ ਜੇ ਗੱਲਾਂ ਦਾ ਕੀ ਮਖੌਲ ਹੁੰਦਾ ਯਾਰ ਨਾਲ ਤਾਂ ਭੈਣ ਦੀ ਮੈਨੂੰ ਕਹਿੰਦਾ ਤੂੰ ਟਰੈਕਟਰ ਤੇ ਰਹਿ ਜਾ ਨਾਲੇ ਤਾਂ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਰਲ ਨਾਲੇ ਤੂੰ ਭਾਵੇਂ ਤਾਂ ਹਵੇ ਮੇਰੇ ਘਰੇ ਅੱਖ ਰੱਖਦਾ ਉਹ ਮੈਂ ਤਾਂ ਐਂ ਕਹਿੰਦਾ ਸੀ ਮੈਂ ਮਾੜੀਆਂ ਆਦਤ ਤੋਂ ਬਚੇਗਾ ਤੂੰ ਉਹ ਕਿਹੜੀਆਂ ਮਾੜੀਆਂ ਆਦਤਾਂ ਤੋਂ ਬਚੀ ਹੋਇਆ ਆ ਦਵਾਈ ਤਾਂ ਤੂੰ ਸਹੀ ਢੰਗ ਨਾਲ ਨਹੀਂ ਖਾਂਦਾ ਹੈਗਾ ਚੱਲ ਮੈਂ ਦਵਾਈ ਸਹੀ ਢੰਗ ਨਾਲ ਖਾਣ ਲੱਗ ਜੂੰਗਾ ਚੱਲ ਠੀਕ ਆ ਯਾਰ ਚੰਗਾ ਤੂੰ ਤਾਂ ਵਿਹਲਾ ਭੈਣ ਦੀ ਮੈਂ ਤਾਂ ਐਂ ਕਹਿੰਦਾ ਸੀ ਚੱਲ ਕਪੈਨ ਤੇ ਜਾਇਆ ਕਰੂੰਗਾ ਘਰੇ ਮੈਂ ਜਾਇਆ ਕਰੂੰਗਾ ਉਹ ਚੱਲਦੇ ਆ ਚੱਲਦੇ ਆ ਮੈਨੂੰ ਲੱਗਦਾ ਕੋਈ ਤਕਲੀਫ ਜੀ ਹੈ ਦੇਖਦਾ ਫਿਰ ਮੈਂ ਅੰਦਰ ਪਈ ਹੋ ਦਵਾਈ ਲੈਣਾ ਦੇਖ ਲੈ ਦਵਾਈ ਲਈਏ ਇਹ ਕਿਵੇਂ ਦਵਾਈ ਹੋਰ ਲੋੜ ਜੀ ਲੱਗਦੀ ਹੈ ਕਿ ਮੈਨੂੰ ਇਹ ਦੇਖਣੋਂ ਹਟ ਗਿਆ ਬਾਹਰਲੀ ਜਿੰਮ ਲਾਈ ਦੀ ਘਰੇ ਵੀ ਜਿੰਮ ਲਾਉਣਾ ਬਾਪੂ ਤੈਨੂੰ ਪਤਾ ਨਹੀਂ ਯਾਰ ਸਰੀਰ ਬਣਿਆ ਰਹਿੰਦਾ ਨਾਲੇ ਉਹਦਾ ਪੁੱਤ ਬੇਲਿਆਂ ਦੇ ਕੰਮ ਹੁੰਦੇ ਨੇ ਉਹਦਾ ਪੁੱਤ ਬੇਲਿਆਂ ਦੇ ਕੰਮ ਹੁੰਦੇ ਨੇ ਬਾਹਰ ਜਿੰਮ ਲਾਉਣ ਤਾਂ ਚੱਲ ਪੁੱਤ ਤੂੰ ਜਿੰਮ ਮੈਨੂੰ ਐਂ ਲੱਗਦਾ ਤੂੰ ਜਿੰਮ ਨਹੀਂ ਲਾਉਂਦਾ ਘਰੇ ਉਹ ਬਾਪੂ ਲਾਉਣਾ ਯਾਰ ਤੈਨੂੰ ਕੀ ਪਤਾ ਨਾ ਨਾ ਤੂੰ ਜੇ ਤੂੰ ਘਰੇ ਜਿੰਮ ਲਾਵੇਂ ਤੂੰ ਜਿੰਮ ਲਾਇਆ ਕਰ ਘਰੇ ਉਹ ਬਾਪੂ ਤੈਨੂੰ ਨਹੀਂ ਪਤਾ ਯਾਰ ਚੱਲ ਮੈਂ ਤਾਂ ਚੱਲਦਾ ਯਾਰ ਤੂੰ ਤਾਂ ਹੋਰ ਮਰੀ ਜਾਂਦਾ ਯਾਰ ਭੈਣ ਦੀ ਮਰਾ ਕੇ ਤੇਰੀ ਦਵਾਈ ਭੈਣ ਦੀ ਐਡੇ ਸਰੀਰ ਬਣਾਇਆ ਇਹਨੂੰ ਕੀ ਪਤਾ ਬੁੜੇ ਜੀ ਨੂੰ ਪਤਾ ਨਹੀਂ ਇਹ ਕਿਹੜੀ ਦਵਾਈ ਖਾਂਦਾ ਇਹ ਜਿੰਮ ਲਾਉਣਾ ਤਾਂ ਕਹਿੰਦੇ ਪਾਊਡਰ ਜੇ ਹੁੰਦੇ ਨੇ ਆਪਣਾ ਗਵਾਂਢੀ ਨਾ ਮੁੰਡਾ ਖਾਂਦਾ ਜਿੰਮ ਲਾਉਂਦਾ ਤਾਂ ਪਾਊਡਰ ਹੁੰਦਾ ਇਹ ਤਾਂ ਹੋਰ ਦੇਸੀ ਜੀ ਦਵਾਈ ਹੈ ਹੋਰ ਕਿਹੜੀ ਦਵਾਈ ਖਾਂਦਾ ਇਹ ਮੈਨੂੰ ਤਾਂ ਇਹ ਲੱਗਦਾ ਕੋਈ ਗੜਬੜ ਹੈ ਇਹ ਕਿਹੜੀ ਜਿੰਮ ਲਾਉਂਦਾ ਦਵਾਈ ਆ ਉਰੇ ਆਈ ਪੁੱਤ ਮਾੜਾ ਆ ਹਾਂਜੀ ਡੈਡੀ ਆਈ ਬੈਠ ਪੁੱਤ ਪੁੱਤ ਆਪਣਾ ਬੇਟਾ ਕੋਈ ਦਵਾਈ ਦਵੂਈ ਹੋਰ ਖਾਂਦਾ ਨਹੀਂ ਡੈਡੀ ਜੀ ਤੁਹਾਨੂੰ ਕਿਹਨੇ ਕਿਹਾ ਮੈਂ ਪੁੱਤ ਮੈਂ ਅੰਦਰ ਗਿਆ ਸੀ ਦਵਾਈ ਭਾਲਣ ਹਾਂਜੀ ਤੇ ਉਹ ਤਾਂ ਦਵਾਈ ਮੈਨੂੰ ਕੋਈ ਹੋਰ ਦਵਾਈ ਜੀ ਲੱਗੀ ਜਿਵੇਂ ਕੋਈ ਦੇਸੀ ਦਵਾਈ ਹੁੰਦੀ ਹੈ
नहीं नहीं डैडी जी थोनू भुलेखा पिया होगा। नहीं नहीं पुत्त मेरी दवाई तो होर तरह की होर दवाई है देसी दवाई है पुड़िया जी पुत मेन लगता खाता है कोई दवाई पता नहीं डैडी फिर खाते हो मेनू नहीं पता। अच्छा चल पुत मेन भी बहुत तकलीफ है तू मेरी दवाई लेके आ। हाँ जी लिया आलू डैडी जी ले पुत गौर करी तू वो दवाई कोई खाता है। हाँ जी कोई दवाई कादी खाता है वो डैडी जी मैं लगता शायद जिम जाते हैं मैं लगता जिम दी खाते होंगे। पुत जेड़ी जिम दी दवाई ना हाँ जी वो तो पाउडर होंगे पाउडर। हाँ जी तू गौर करी पुत कोई ना डैडी मैं गौर रखूंगी। हाँ जरूर गौर रखी तू। हाँ जी डरी डरी नहीं ओके मैं हाँ जी वधिया तुसी दसो किधरों आए। ओ मैं इधर कणक जी बीज कहते गए। अच्छा हाँ होर सुनाओ। मैं चल सोनी भरजाई के दर्शन कर लांगे चाह चू पी लैने। ठीक है चाह बनावा। चाह तो चल आजूगा फिर तेरे घर वाला कहूगा भी चाह पीने लग गया साढ़े घरे। अच्छा की गल करनी थी जेड़ी तुसी उस दिन मेरे नाल गल नहीं सी कीती। चल बह जाओ दसो फिर की गल। मैं कह रही कहंदी सी जेड़ी तुसी मेनू उस दिन गल नहीं सी दसी। केड़ी गल इन्ना बारी गल दसी सी केड़ी गल तुसी बच्चे बारी गल दसी सीगी वी दवाइयां खांदे आ। अच्छा 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 हां 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 जी ओ ना बाबू जी ने इन्ना नु देख लिया सीगा खांदियां नु। अच्छा ते ना ता करके उस दिन दा बड़ा क्रेज पिया होया करे ना थोड़ी गल ना सच्ची सीगी लग गया फिर करे पता है। हां जी सारियां नु पता लग गया फिर बन भी की सकदा तेनू गल तो बिचली मैं होर दसदा वधिया डाक्टर तो दवाई लिया के दित्ती दी गई। ठीक है खांदा नहीं है चज्ज नाल ओ किसी नु दसिया भी नहीं ना जे दस दिंदे तां आपां होर होर मैं डॉक्टर किन्ने बदलते दूजे डॉक्टर भी दवाई लगते जो खाता नहीं है सही ढंग नाल वो तो पता नहीं मैं लगता फलमा फलमा लिखी जाता है मोबाइल से लगा रहना सारा दिन मैं तो यही नहीं समझ आता है भी उन्होंने चंगा भला ब्याह होया होया उन्होंने की लोड़ है होर घर इन्नी सोहनी भरजाई हो गई दस फलमा देखे होर किधर कुछ होर करी जाता मैं तो इन्हें बड़ी टेंशन हो ही पई है हूँ तू ही कुछ कर इन्हों का देख भरजाई मैं तो उन्होंने भी समझा के देख लिया तो है ना दस हूँ की बन सके जवाक दी लोड़ है पक्की गल देख गल अपने दोनों बच्चे रवे हना किसी नूं दसी ना दीजे बंदे नूं जे तू ये चाहनी है हना चल ठीक है फिर हना जिवें जिवें मैं कहूंगा उवें करी। ठीक है ठीक चंगा फिर जीरी फिर चल मशीन भी आ गई चल थब्बे जे डेग दे तू चक के चल मैं डेग दे तू आ जी। ठीक आ ठीक आ नोने हुन ना तू जल्दी जल्दी आ जा हुन मेरे तो ना होर सबर नहीं हुंदा। आगे ਤੁਸੀਂ ਹਾਂਜੀ ਆ ਗਿਆ ਕਿਧਰੋਂ ਆਏ ਸੀ ਬਸ ਸੂਰੀ ਆ ਜਾਂਦੀ ਗਾ ਯਾਰ ਅੱਗੇ ਆਇਆ ਸੀਗਾ ਮੁੰਡੇ ਨਾਲ ਮੜਾ ਕੰਮ ਜਾਂਦੀ ਗਾ ਮੇਰੀ ਗੱਲ ਸੁਣੋ ਹਾਂਜੀ ਮਿੰਤਾ ਨੂੰ ਬੜੀ ਚਾਹ ਹੋਇਆ ਪਿਆ ਵਾ ਆਪਣੇ ਘਰੇ ਨਾ ਖੁਸ਼ੀਆਂ ਆਉਣ ਵਾਲੀਆਂ ਬਹੁਤ ਜਲਦੀ ਚਲੋ ਵਧੀਆ ਗੱਲ ਆ ਜੀ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਆਪਣੀ ਕੁੜੀ ਹੋਊਗਾ ਕਿ ਮੁੰਡਾ ਯਾਰ ਮੈਨੂੰ ਨਹੀਂ ਪਤਾ ਹੈਗਾ ਕੀ ਹੋਊਗਾ ਮੈਂ ਤਾਂ ਆਪ ਤੱਕਿਆ ਹੋਇਆ ਚਲ ਮੈਂ ਤਾਂ ਪੈਣਾ ਯਾਰ ਲੈ ਯਾਰ ਤੁਸੀਂ ਐਂ ਕਾ ਤਾਂ ਕਰਦੇ ਹੋ ਪੈਣਾ ਯਾਰ ਨਹੀਂ ਤੁਹਾਨੂੰ ਜਮਾ ਨਹੀਂ ਖੁਸ਼ੀ ਹੈਗੀ ਕਿ ਵੀ ਆਪਣੇ ਘਰੇ ਵੀ ਖੁਸ਼ੀਆਂ ਆਉਣ ਵਾਲੀਆਂ ਨੇ
ਉਹ ਯਾਰ ਯਾਰ ਤੂੰ ਰੋਟੀ ਪਾ ਕੇ ਲੈ ਆਉਂਦਾ ਹੋਰ ਇਹ ਗੱਲਾਂ ਕਰਨ ਲੱਗ ਗਈ ਯਾਰ ਮੈਨੂੰ ਨਾ ਸਭ ਪਤਾ ਹੈ ਕੀ ਪਤਾ ਯਾਰ ਤੂੰ ਰੋਟੀ ਪਾ ਕੇ ਲੈ ਤੁਸੀਂ ਕਾਤੋਂ ਇਹ ਕੁਝ ਕਰਦੇ ਹੋ ਹੋਰੇ ਮਰੀ ਜਾਂਦੀ ਆਪਦੀਆਂ ਹਾ 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 ਉਹ ਕੀ ਕਰਦਾ ਮੇਰਾ ਸ਼ੇਰ ਪੁੱਤ ਖੇਡਦਾ ਦਾਦੂ ਅੱਛਾ ਹਾਈ ਵਾਹ ਵੀ ਵਾਹ ਹੁਣ ਐ ਕਰੀਦਾ ਪੁੱਤ ਹਾਈ ਤੈਨੂੰ ਮੈਂ ਟ੍ਰੈਡ ਵੱਡਾ ਦਵਾਉਂਗਾ ਸਿੱਧੂ ਮੂਸੇ ਵਾਲਾ ਹਾਈ ਮਾਦਿਆਂ ਦੇ ਮੇਲੇ ਤੇ ਦਵਾ ਦੀ ਤੈਨੂੰ ਤਾਂ ਦੇਖ ਕੇ ਨਾ ਮੇਰੇ ਦੁੱਖ ਟੁੱਟ ਗਏ ਪੁੱਤ ਹਾਂਜੀ ਬਾਪੂ ਹਾਂ ਬੜੀਆਂ ਆਸਾਂ ਆਈਆਂ ਨੇ ਪੁੱਤ ਸ਼ੇਰਾ ਬਹੁਤ ਉਮੀਦਾਂ ਲੈ ਕੇ ਮੈਂ ਤਾਂ ਦੇਖ ਲਾ ਬੁੜਾ ਹੋ ਗਿਆ ਹਾਂ ਦਾਦੂ पुत फिर कोई गल नहीं तू खेड शौक ना खेड ठीक है तू मादे मेले नहीं पुत ओ पुत तू के गल कर मेले दे पुत खेडा होंदिया ने बड़े ट्रैड दा होंदे ने जांसियां च तेन मैं दवाऊंगा नाट गहरा बड़ा हाँ नाले तेन लवा के दूंगा बड़ा डेक वाही पता लगे भी हां ਮੁੰਡਾ ਗੁਰਜੰਟ ਸਿੰਘ ਦਾ ਮੁੰਡਾ ਪੋਤਾ ਦਾ ਜਾਂਦਾ ਉਹ ਜਾਂਦਾ ਗੁਰਜੰਟ ਸਿੰਘ ਦਾ ਪੋਤਾ ਹਾਂ ਦਾਦੂ ਹਾਂ ਪੁੱਤ ਕਿਹੜਾ ਸ਼ੇਰ ਅਗਰ ਤੂੰ ਮੈਨੂੰ ਪਾਣੀ ਦਾ ਗਲਾਸ ਲੈ ਕੇ ਆ ਹਾਂ ਦਾਦੂ ਲਿਆਉਣਾ ਉਹ ਅੱਜ ਤਾਂ ਉਹਨੂੰ ਜੀਆ ਕਰਦਾ ਉਹ ਕਿ ਮੇਰਾ ਵੀਰ ਉਹ ਆ ਵੀ ਆ ਹੋਰ ਠੀਕ ਹੈ ਹੋਰ ਵਧੀਆ ਸੁਣਾ अपने काम आंदे पैसे लेंदे तू तां मैनूं घर दी लिया के दिंदा रहना गा ठीक आ देनी पैंदी जग दोस्ती आ देख ला जा हुण सीजन लंघ गया साडा कोई अपने यार पिंड च की रौला पै रिहा चल तेन लगे गया जे पता हरामी दसदा नी है तेन दस दिना फिर गल की यार मैं ना एक दिन मेनू कहता मेरे साले राजवीर हुणी मेरी गल्लां कर रहे ने मैं तोरली जवाक वाली गल ਮਾ ਗੱਲ ਸੁਣ ਲਾ ਜਵਾਕ ਕਰ ਲਾ ਬਾਈ ਇਦੋਂ ਬਾਅਦ ਜਵਾਕ ਨਹੀਂ ਹੁੰਦਾ ਉਹ ਹੈ ਨਹੀਂ ਜਵਾਕ ਉਹ ਹੈ ਨਹੀਂ ਤੇ ਉਹੀ ਤਾਂ ਗੱਲ ਸੀ ਸਾਲ ਹੋ ਗਿਆ ਦੀ ਜਵਾਕ ਨਹੀਂ ਹੋਇਆ ਤੇ ਉਹਦੇ ਹਾਂ ਵਿਆਹ ਹੋਏ ਦੇ ਵਿੱਚ ਮਾ ਇਦੋਂ ਬਾਅਦ ਜਵਾਕ ਨਹੀਂ ਹੁੰਦਾ ਹੈਗਾ ਹੈ ਬਾਈ ਗੱਲ ਕਰਨ ਲੱਗ ਗਿਆ ਕਹਿੰਦਾ ਯਾਰ ਕੀ ਕਰਾਂ ਬਾਈ ਮੇਰੇ 'ਚ ਕਮੀਆਂ ਨੇ ਮੈਂ ਛੋਟੇ ਹੁੰਦਾ ਗਲਤੀਆਂ ਕਰਦਾ ਰਿਹਾ ਮੈਂ ਹੈ ਨਹੀਂ ਬੈਣ ਦੇ ਉੱਤੇ ਤੜ ਮੈਂ ਦੇਖੀ ਨਿਕੰਮਾ ਬੰਦਾ ਉਹ ਬਸ ਐਂ ਆ ਫਿਰ ਇਦੋਂ ਬਾਅਦ ਮੈਂ ਕੀ ਕਰਿਆ ਮੈਂ ਉਹਨੂੰ ਦਵਾਈਆਂ ਵੀ ਬਾਈ ਉਹ ਖਵਾਈਆਂ ਡਾਕਟਰਾਂ ਦੇ ਤੈਂ ਉਹਨੂੰ ਗਗਨ ਨੂੰ ਹਾਂ ਮੇਰੇ ਸਾਲੇ ਨਾਲ ਲੈਂਦੀ ਨਹੀਂ ਕਹਿੰਦੀ ਬੰਦੇ ਚੱਜ ਨਾਲ ਅੱਛਾ ਉਹ ਫੋਨ ਤੇ ਲੱਗਾ ਰਹਿੰਦਾ ਉਹ ਜਪਾਨਦਾਰ ਫਿਲਮਾਂ ਦੇਖੀ ਜਾਂਦਾ ਜਪਾਨ ਦੀ ਅੱਛੀ ਜੀ ਹੋਰ ਤੈਨੂੰ ਕਦੋਂ ਦੇਖ ਰਿਹਾ ਓਏ ਮੇਰੇ ਸਾਲੇ ਦਾ ਹੋਰ ਕੀ ਨਾਮ ਹੈ ਦੱਸਦਾ ਦੀ ਸਾਰੀਆਂ ਗੱਲਾਂ ਦੱਸਦਿਆਂ ਨੇ ਮੈਨੂੰ ਅੱਛਾ ਫਿਰ ਤਾਂ ਭੇਜ ਦੇਣਾ ਹੱਕ ਬਣਦਾ ਜਦੋਂ ਫਿਰ ਦਵਾਈ ਤੂੰ ਦਵਾਉਂਦੀ ਉਹ ਬਸ ਤੈਨੂੰ ਕੀ ਦੱਸਾਂ ਉਹ ਤਾਂ ਯਾਰ ਮੈਂ ਇੱਕ ਦਿਨ ਫੇਰ ਘਰੇ ਵਗ ਗਿਆ ਉਹਨਾਂ ਦੇ ਹਾਂ ਬਹੁ ਕਹੀ ਉਹਦੀ ਓਏ ਭੈਣ ਦੇ ਖਸਮ ਨੂੰ ਮੈਂ ਸਾਰੀਆਂ ਗੱਲਾਂ ਦੱਸਦਾ ਰਿਹਾ ਮੇਰੀਆਂ ਗੱਲਾਂ ਦੀ ਭੈਣ ਦੇ ਖਸਮ ਨੇ ਸਾਰੇ ਪਿੰਡ ਚ ਗਾਤੀਆਂ ਨੇ ਮੇਰੇ ਸਾਲੇ ਦੀ ਇੱਕੋ ਉਹ ਪਤਾ ਨਹੀਂ ਮੇਰਾ ਸਾਲਾ ਇਹ ਕਾਹਤੋਂ ਆਇਆ ਪੈਸੇ ਲੈਣ ਮੈਂ ਇਹਨੂੰ ਕਿਉਂ ਕਹਿਤਾ ਵੀ ਪੈਸੇ ਲੈ ਜਾ ਜਾ ਮੇਰੇ ਸਾਲੇ ਦਾ ਗਦਾਰੀ ਕਰ ਗਿਆ ਹੁਣ ਦੇਖੂ ਮੇਰੇ ਸਾਲੇ ਨੂੰ ਮੈਂ ਉਹਨੂੰ ਜਵਾਕ ਜਿੰਨ ਤਾਂ ਮੈਂ ਕਰਦਾ ਬਹੂ ਵਾਹ ਵਾਹ ਬਹੂ ਤਾਂ ਬਾਈ ਬੰਬਾ ਪੂਰੀ ਅੱਛਾ ਜੀ ਹੋਰ ਉਹ ਤਾਂ ਮੇਰੇ ਸਾਲੇ ਦਾ ਸੁਣੀ ਦੀ ਗੱਲ ਜੀ ਕਹਿੰਦੇ ਬਹੂ ਬਹੂ ਨੂੰ ਕਹਿੰਦੇ ਮਦਰੀ ਹੈ ਮਦਰੀ ਤਾਂ ਹੈ ਬਹੁਤ ਘੈਂਟ ਬਹੂ ਆ ਬਾਈ ਯਾਰ ਅੱਛਾ ਜੀ ਚਾਹ ਬਣ ਦੇ ਕਰਮ ਤੇਜ ਨੇ ਬਾਲੇ ਕਰਮ ਤੇਜ ਨੇ ਤਾਂ ਮੇਰੇ ਸਾਲੇ ਦਾ ਆਪੇ ਬੁੱਧੂ ਆ ਕਿਉਂ ਤੇ ਹੋਰ ਬਸ ਯਾਰ ਫਿਰ ਉਦੋਂ ਬਾਈ ਵਗ ਗਿਆ ਮੈਂ ਘਰੇ ਆ ਕੇ ਉਹਨੇ ਗੱਲ ਹੀ ਛੇੜ ਲਈ ਮੈਨੂੰ ਯਾਰ ਹਨਾ ਦੱਸ ਜਾ ਜਵਾਖਾਂ ਦੀ ਗੱਲ ਸੁਣ ਕੇ ਮੈਂ ਜ਼ਰੂਰੀ ਹੈ ਯਾਰ ਬਾਈ ਯਾਰ ਬਸ ਪੁੱਛਣਾ ਮੈਨੂੰ ਤਾਂ ਯਾਰ ਬੜਾ ਤਰਸ ਆਇਆ ਗਾ ਅੱਛਾ ਮੈਂ ਯਾਰ ਹੁਣ ਦਵਾਈਆਂ ਵੀ ਖਵਾਈਆਂ ਹੁਣ ਦੱਸ ਕੀ ਕਰ ਸਕਦੇ ਆ ਬਸ ਤੇਰੇ ਬਾਈ ਨੇ ਪੁੰਨ ਖੱਟ ਲਿਆ ਕਿਵੇਂ ਹੋਏ ਤਾਂ ਇਹ ਕਰਤਾ ਕੰਡ ਬਸ ਪੁੰਨ ਖੱਟ ਲਿਆ ਠੀਕ ਆ ਹੋਰ ਕੀ ਕਰਦੇ ਅੱਗੇ ਨਾ ਗੱਲ ਦੱਸਦੀ ਹੁਣ ਤੈਨੂੰ ਤਾਂ ਗੱਲ ਦੱਸਦੀ ਮੈਂ ਧੱਕਾ ਬਾਜੀ ਮਾਰ ਗਿਆ ਤੂੰ ਹੈ
ਨਾ ਨਾ ਬਾਜੀ ਬੂਜੀ ਤਾਂ ਕਾਹਨੂੰ ਕੋਈ ਚੱਲ ਠੀਕ ਹੈ ਮੈਂ ਚੱਲਦਾ ਹੈ ਪੱਗ ਪੁੱਗ ਲਾ ਜਾਂਦਾ ਨਾ ਨਾ ਭਰਾਵਾ ਇਹ ਕੰਮ ਤਾਂ ਦੂਰੇ ਰਹੀ ਦਾ ਤੁਸੀਂ ਲਾਉਣੇ ਤੁਸੀਂ ਤਕੜੇ ਬੰਦੇ ਚੰਗਾ ਫਿਰ ਠੀਕ ਹੈ ਨਵੀਂ ਜੰਤ ਚਾੜਤਾ ਉਹਨੇ ਹੈ ਨੀ ਤੇ ਆ ਕੀ ਜੰਤ ਚਾੜਤਾ ਨਵਾਂ ਕੀ ਹੋ ਗਿਆ ਹੋਰ ਹੁਣ ਤੈਨੂੰ ਨੀ ਪਤਾ ਹੈਗਾ ਕੀ ਹੋ ਗਿਆ ਦੱਸੋ ਤਾਂ ਸਹੀ ਮੈਨੂੰ ਤੈਨੂੰ ਜਿਵੇਂ ਪਤਾ ਨੀ ਹੁੰਦਾ ਨਾ ਕਿਸੇ ਗੱਲ ਦਾ ਐਂ ਕਹਿਣੀ ਆ ਮੈਨੂੰ ਕੀ ਪਤਾ ਕਿਹੜੀ ਗੱਲ ਹੋਈ ਆ ਆਹਾ ਜਿਹੜਾ ਉਤੀ ਗਾ ਆਪਣਾ ਕੌਣ ਸੀ ਸਮਝ ਤੂੰ ਆਪੇ ਹੁਣ ਮੈਂ ਤੈਨੂੰ ਕੀ ਸਮਝਾਵਾਂ ਜਿਹੜੀ ਵੀ ਗੱਲ ਹੈਗੀ ਹੈ ਨਾ ਮੇਰੇ ਨਾਲ ਸਿੱਧੀ ਗੱਲ ਕਰੋ ਠੀਕ ਹੈ ਬਾਲਾ ਨੂੰ ਉੱਚੀ ਆਵਾਜ਼ ਚ ਗੱਲ ਕਰਨ ਦੀ ਲੋੜ ਨਹੀਂ ਗੀ ਉਹ ਜਵਾਕ ਕਿਹਦਾ ਕਿਹੜਾ ਜਵਾਕ ਉਹ ਛੋਟਾ ਜਾ ਤੁਹਾਨੂੰ ਨਹੀਂ ਪਤਾ ਕਿਹਦਾ ਪਿਆ ਦੀ ਮਰ ਆ ਗਿਆ ਤੂੰ ਹੋਰ ਇਹਨਾਂ ਗੱਲਾਂ ਕਰ ਤੂੰ ਮੈਨੂੰ ਗੱਲ ਦੱਸ ਸਿੱਧੀ ਸਿੱਧੀ ਮੈਂ ਹੋਰ ਕੀ ਕਰਦੀ ਕੀ ਕਰਦੀ ਨਾਲੇ ਹੋਰ ਮੇਰੀ ਤਾਂ ਖੇਪ ਆਤੀ ਆਪਦੀ ਕਰੀ ਜਾਂਦੀ ਆ ਤੁਹਾਨੂੰ ਪਤਾ ਬਾਪੂ ਜੀ ਕਿੰਨੀ ਟੈਨਸ਼ਨ ਲੈਂਦੇ ਸੀਗੇ ਭੈਣ ਦੀ ਮਰ ਆ ਗਿਆ ਮੈਨੂੰ ਦੱਸਿਆ ਵੀ ਨਹੀਂ ਹੈਗਾ ਆਪਦੀ ਮਾਰੀ ਚੱਲਿਆ ਕਰੋ ਭੈਣ ਦੇ ਖਸਮ ਨੇ ਨੱਕ ਵੜਾ ਕੇ ਧਰਤੀ ਤੁਸੀਂ ਸਾਨੂੰ ਦੱਸਿਆ ਸੀਗਾ ਦੱਸਿਆ ਦੀ ਨਾਲੇ ਹੋਰ ਇਹੀ ਜੀ ਗੱਲ ਕੋਈ ਦੱਸਦਾ ਹੁੰਦਾ ਹੋਰ ਕਿਹਨੂੰ ਦੱਸਦੇ ਤੁਸੀਂ ਆਪਦੇ ਚ ਕਮੀਆਂ ਨੇ ਆਪਦੀ ਕੋਈ ਗੱਲ ਦੱਸੀ ਮੈਨੂੰ ਭੈਣ ਦੀ ਮੈਂ ਤਾਂ ਇਹਦੀ ਮਾਲੇ ਪੈਸੇ ਲੈਣ ਆਇਆ ਤਾਂ ਹੋਰੇ ਚੰਦ ਚਾੜਤਾ ਚੜਤਾ ਹੋਰੀ ਚੰਦ ਉਹ ਯਾਰ ਬਸ ਯਾਰ ਇਹ ਚਲੋ ਤੁਹਾਡੀ ਗਲਤੀ ਆ ਤੁਹਾਡੇ ਆਪਦੇ ਵਿੱਚ ਕਮੀਆਂ ਨੇ ਦੂਸਰੇ ਦੇ ਉੱਪਰ ਨਾ ਦੋਸ਼ ਦੇਣ ਦੀ ਕੋਈ ਲੋੜ ਨਹੀਂਗੀ ਮਾਮਾ ਦਾ ਤਲਾਕ ਦਊਂਗਾ ਯਾਰ ਸਿੱਧੀ ਜੀ ਗੱਲ ਆ ਮੈਂ ਵੀ ਇਸ ਬੰਦੇ ਨਾਲ ਨਹੀਂ ਰਹਿ ਸਕਦੀ ਉਹ ਚੱਲ ਠੀਕ ਆ ਯਾਰ ਜੇ ਭਾਜਾ ਯਾਰ ਲੈ ਇਹਨਾਂ ਨੂੰ ਕਿਹਨੇ ਦੱਸਤਾ ਮੈਂ ਹੁਣ ਕੀ ਕਰਦੀ ਮੇਰੀ ਵੀ ਮਜਬੂਰੀ ਸੀਗੀ ਮੇਰੀ ਤਾਂ ਇਸ ਘਰੇ ਜਮ੍ਹਾਂ ਕਦਰ ਨਹੀਂ ਹੈਗੀ ਮੈਂ ਹੋਰ ਵੀ ਕੀ ਕਰਦੀ ਕਿੱਥੇ ਜਾਂਦੀ ਮੈਨੂੰ ਜੋ ਸਹੀ ਲੱਗਿਆ ਮੈਂ ਉਹ ਕੀਤਾ ਇਹਨਾਂ ਨੇ ਕਦੀ ਮੈਨੂੰ ਦੱਸਿਆ ਮੈਨੂੰ ਤਾਂ ਹੁਣ ਡਰ ਲੱਗੀ ਜਾਂਦਾ ਹੁਣ ਮੈਂ ਕੀ ਕਰਾਂ ਕਿਉਂ ਬਾਪੂ ਉਹ ਕੀ ਗੱਲ ਭਾਈ ਤੂੰ ਕਿਉਂ ਜਵਾਖਾਂ ਨਾਲ ਲੜਦਾ ਫਿਰ ਮੈਂ ਉਹ ਯਾਰ ਲੜਾਂ ਨਾ ਹੋਰ ਕੀ ਕਰਾਂ ਮੈਂ ਉਹ ਨਹੀਂ ਨਹੀਂ ਪੁੱਤ ਉਹ ਤਾਂ ਭਾਗਾਂ ਵਾਲੀ ਸਮਝ ਤੂੰ ਜਿਵੇਂ ਆਪਾਂ ਨੂੰ ਮੈਨੂੰ ਪੋਤੇ ਦਾ ਮੂੰਹ ਦਿਖਾਤਾ ਭਾਗਾਂ ਭੁੱਗਾਂ ਵਾਲੀ ਕਾਹਨੂੰ ਉਹਦਾ ਭੈ ਬੇਭਾਗ ਆ ਉਹ ਬੇਭਾਗ ਕਿਉਂ ਆ ਪੁੱਤ ਉਹ ਤਾਂ ਦੇਖਿਆ ਤੜਕੀ ਤੋਂ ਲੈ ਕੇ ਸਵੇਰ ਤੱਕ ਵਿਚਾਰੀ ਕੰਮ ਕਰਦੀ ਰਹਿੰਦੀ ਹੈ ਉਹ ਯਾਰ ਮੁੱਛ ਵੀ ਥੱਲੇ ਕਰਾ ਦੀ ਹੁਣ ਤਾਂ ਭੈਣ ਦੀ ਅੱਧੀ ਕੀ ਕਰੀਏ ਯਾਰ ਮੁੱਛ ਕਿਵੇਂ ਉਹ ਯਾਰ ਜਿਹੜਾ ਉਹ ਮੁੰਡਾ ਨੀ ਸੀਗਾ ਭੈਣ ਦਾ ਆਪਣੇ ਖੇਡਦਾ ਫਿਰਦਾ ਉਹ ਮੈਨੂੰ ਪਤਾ ਲੱਗਿਆ ਉਹ ਆਪਣੀ ਔਲਾਦ ਨੀ ਹੈਗੀ ਮੇਰੀ ਉਹ ਕਿਵੇਂ ਪਤਾ ਲੱਗਿਆ ਤੈਨੂੰ ਉਹ ਯਾਰ ਹੁਣ ਕੀ ਦੱਸਾਂ ਯਾਰ ਬਾਪੂ ਯਾਰ ਮੈਂ ਛੋਟਾ ਹੁੰਦਾ ਗਲਤੀਆਂ ਕਰਦਾ ਰਿਹਾ ਯਾਰ ਬਾਪੂ ਯਾਰ ਐਵੇਂ ਮੋਬਾਈਲਾਂ ਤੇ ਗਲਤ ਫਿਲਮਾਂ ਦੇਖੀ ਗਿਆ ਬਾਪੂ ਯਾਰ ਮੈਨੂੰ ਯਾਰ ਮਾਫ਼ ਕਰ ਬਾਪੂ ਯਾਰ ਮੈਂ ਤਾਂ ਯਾਰ ਬਹੁਤ ਦੁਖੀ ਹਾਂ ਯਾਰ ਨਾ ਨਾ ਪੁੱਤਾਂ ਹੀ ਨਹੀਂ ਕਰੀਦਾ ਹੁੰਦਾ ਬਾਪੂ ਯਾਰ ਕੀ ਕਰਾਂ ਯਾਰ ਮੇਰੇ ਤਾਂ ਬਾਲਾ ਮੂਡ ਆਫ ਆ ਯਾਰ ਨਹੀਂ ਨਹੀਂ ਸ਼ੇਰਾ ਦਿਲ ਤਕੜਾ ਰੱਖੀ ਦੇ ਆਪਣਾ ਪੁੱਤ ਹੈ ਬਗੈਨੀ ਧੀ ਦੇ ਦੁਸ਼ਮਣੀ ਲਾਈ ਦੀ ਹੁੰਦੀ ਕਾਹ ਨੂੰ ਭੈਣ ਦੇ ਖਸਮ ਦਾ ਜਗਤਾਰ ਦਾ ਉਹ ਹੋਊਗਾ ਉਹ ਮੁੰਡਾ ਉਹ ਨਹੀਂ 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 ਸ਼ੇਰਾ ਤੂੰ ਤਾਂ ਨਿਆਣੀ ਇਹ ਗੱਲਾਂ ਕਰਨਾ ਉਹ ਬਾਪੂ ਤੂੰ ਮੇਰੀ ਗੱਲ ਨਹੀਂ ਸਮਝ ਰਿਹਾ ਯਾਰ ਨਹੀਂ ਮੈਂ ਤਾਂ ਸੁਣਿਆ ਜੀ ਤੂੰ ਕਹਿੰਦੇ ਜਿੰਮ ਜੁੰਮਾ ਲਾਈ ਦਾ ਜਿੰਮ ਜੁੰਮਾ ਲਾਈ ਦਾ ਤੀ ਕਾਹ ਨੂੰ ਲਾਈ ਨਹੀਂ ਹੋਰ ਜੁੰਮਾ ਲਾਉਂਦਾ ਤੀ ਬਾਪੂ ਕੀ ਦੱਸਾਂ ਹੁਣ ਮੈਂ ਤੈਨੂੰ ਬਾਪੂ ਮੈਨੂੰ ਮਾਫ਼ ਕਰ ਦੇ ਤੂੰ ਸਾਲਾ ਮੈਂ ਤਾਂ ਤੇਰੇ ਤੇ ਪਹਿਲੀ ਸ਼ੱਕ ਤੀ ਕਿਹੜੇ ਜਿੰਮਾ ਲਾਉਂਦਾ ਤੀ ਤੂੰ ਤਾਂ ਦਵਾਈਆਂ ਹੋਰ ਹੀ ਖਾਂਦਾ ਰਿਹਾ ਬਾਪੂ ਯਾਰ ਮੈਨੂੰ ਮਾਫ਼ ਕਰ ਦੇ ਯਾਰ ਹੁਣ ਤੈਨੂੰ ਕਹਿ ਤਾਂ ਦਿੱਤਾ ਯਾਰ ਉਹ ਮਾਫ਼ ਤਾਂ ਚੱਲ ਠੀਕ ਹੈ ਤੈਨੂੰ ਤਾਂ ਕਹਦੇ ਮਾਫ਼ੀ ਤਾਂ ਮੈਨੂੰ ਲੈਣੀ ਚਾਹੀਦੀ ਹੈ ਇਹ ਗਲਤੀਆਂ ਤਾਂ ਮੇਰੀਆਂ ਨੇ ਜੇ ਮੈਂ ਤੈਨੂੰ ਨਾ ਬਚਪਨ ਦੇ ਵਿੱਚ ਤਰੀਕ ਨਹੀਂ ਨਿਗਾਹ ਰੱਖਦਾ ਠੀਕ ਹੈ ਮੈਂ ਦਾਰੂ ਨਾ ਪੀਂਦਾ ਤਾਂ ਇੱਥੇ ਆਫ਼ਤ ਨਾ ਪੈਂਦੀ ਬਾਪੂ ਹੁਣ ਮੈਂ ਉਹਨੂੰ ਮਾਰੂੰਗਾ ਨਹੀਂ ਨਹੀਂ ਪੁੱਤ ਮਾਰਨੇ ਇਹੋ ਜਿਹਾ ਕੰਮ ਮੇਰਾ ਖੂਨ ਬਹੁਤ ਖੋਦ ਰਿਹਾ ਬਾਪੂ ਆਪਣਾ ਘਰ ਬਰਬਾਦ ਹੋ ਜਾਊਗਾ ਬਾਪੂ ਬਸ ਤੂੰ ਇੱਥੇ ਹੀ ਬੰਦ ਕਰ ਦੇ ਬਾਪੂ ਆਪਣੇ ਕਿਰਪਾਨ ਕਿੱਥੇ ਪਈ ਮੈਨੂੰ ਕਿਰਪਾਨ ਦੱਸ ਉਹ ਨਹੀਂ ਨਹੀਂ ਪੁੱਤ ਇਹੋ ਜਿਹਾ ਕੰਮ ਨਹੀਂ ਕਰਦੇ ਬਾਪੂ ਮੈਂ ਹੁਣ ਮਾਰ ਕੇ ਹਟੂੰਗਾ ਮੈਂ ਨਹੀਂ 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 ਪੁੱਤ ਆ ਜਾ ਨਹੀਂ ਨਹੀਂ ਘਰ ਪੱਟੇ ਜਾਂਦੇ ਨੇ